ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਇਸ ਮੰਚ ਦੇ ਉੱਤੇ ਵੱਖ ਵੱਖ ਮੁੱਦਿਆਂ ਦੀ ਗੱਲ ਹੁੰਦੀ ਹੈ, ਵੱਖ ਵੱਖ ਮਸਲਿਆਂ ਦੀ ਗੱਲ ਹੁੰਦੀ ਹੈ। ਅੱਜ ਜਿਹੜਾ ਮਸਲਾ ਮੈਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਇਆ, ਉਸ ਮਸਲੇ ਦੇ ਉੱਤੇ ਵੀ ਚਾਨਣਾ ਪਾਉਣਾ ਜਸ ਪੰਜਾਬੀ ਦੀ ਜ਼ਿੰਮੇਵਾਰੀ ਹੈ। ਕਿਉਂਕਿ ਜਦ ਸੋਮਵਾਰ ਨੂੰ ਮੰਡੇ ਨੂੰ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਨਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ DSGMC ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹੋਰਾਂ ਨੂੰ ਲੈ ਕੇ ਆਏ ਸੀਗੇ ਅਤੇ ਕਈ ਸਾਰੀ ਗੱਲਾਂ ਜਸ ਪੰਜਾਬੀ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਮੰਚ ਦੇ ਉੱਤੇ ਕਈ ਸਾਰੇ ਸਵਾਲ ਜੋ ਕਿ ਸੰਗਤ ਦੇ ਸਵਾਲ ਸੀਗੇ ਉਹ ਜੋ ਕਿ ਸਵਾਲ ਕਰਨੇ ਬਣਦੇ ਵੀ ਸੀਗੇ ਕਿਉਂਕਿ ਲੰਬੇ ਸਮੇਂ ਤੋਂ ਕਰਪਸ਼ਨ ਦੇ ਚਾਰਜਸ, ਲੰਬੇ ਸਮੇਂ ਤੋਂ ਕਈ ਸਾਰੇ ਹੋਰ ਇਲਜ਼ਾਮ ਬਕਾਇਦਾ ਦੋਵੇਂ ਸਾਬਕਾ ਪ੍ਰਧਾਨਾਂ ਦੇ ਉੱਤੇ ਰਹੇ। ਇੱਕ ਪਾਸੇ ਸੀਗੇ ਮਨਜੀਤ ਸਿੰਘ ਜੀਕੇ ਅਤੇ ਦੂਜੇ ਪਾਸੇ ਸੀਗੇ ਪਰਮਜੀਤ ਸਿੰਘ ਸਰਨਾ। ਹਾਲ ਫਿਲਹਾਲ ਦੇ ਵਿੱਚ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਮਨਜਿੰਦਰ ਸਿੰਘ ਸਿਰਸਾ, ਉਹ ਇਸ ਮੁਤਲਕ ਕੀ ਕਹਿਣਾ ਚਾਹੁੰਦੇ ਹਨ ਅਤੇ ਨਾਲ ਜਿਹੜੀਆਂ ਗੱਲਾਂ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਹੋਰਾਂ ਨੇ ਕਹੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਟਾਈਮ ਵਧੀਆ ਹਾਲਾਤਾਂ ਦੇ ਵਿੱਚ ਨਹੀਂ ਹੈ ਔਰ ਇਸ ਟਾਈਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧੀਆ ਢੰਗ ਦੇ ਨਾਲ ਜੋ ਪ੍ਰਚਾਰ ਕੀਤਾ ਜਾਣਾ ਚਾਹੀਦਾ ਸੀਗਾ ਉਹ ਨਹੀਂ ਹੋ ਰਿਹਾ ਔਰ ਨਾਲੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਹੈਗੀ ਹੈ ਵੈਸੇ ਹੀ ਉਹਨੂੰ ਸੰਗਤ ਜਿਹੜੀ ਹੈਗੀ ਹੈ ਉਹ ਨਕਾਰ ਚੁੱਕੀ ਹੈ, ਕੋਈ ਨਹੀਂ ਉਹਨਾਂ ਨੂੰ ਪੁੱਛਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫਰਵਰੀ ਦੇ ਵਿੱਚ ਚੋਣਾਂ ਹੋਣੀਆਂ ਹਨ ਸੰਗਤ ਉਹਨਾਂ ਨੂੰ ਨਹੀਂ ਬਖਸ਼ੇਗੀ। ਤਮਾਮ ਇਲਜ਼ਾਮ ਜਿਹੜੇ ਨੇ ਉਹ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਹੋਰਾਂ ਵੱਲੋਂ ਲਾਏ ਗਏ ਔਰ ਇਹ ਵੀ ਕਿਹਾ ਗਿਆ ਕਿ ਇਹਨਾਂ ਦੇ ਕੋਲ ਸਕੂਲਾਂ ਦੀ ਫੀਸ ਦੇਣ ਤੱਕ ਦੇ ਪੈਸੇ ਨਹੀਂ ਹੈਗੇ ਔਰ ਬਕਾਇਦਾ ਜਿਹੜੇ ਫੰਡਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਨ ਉਹ ਪਰਸਨਲ ਯੂਜ਼ ਹੁੰਦੇ ਹਨ, ਪਰਸਨਲ ਉਹਨਾਂ ਦੀ ਵਰਤੋਂ ਹੁੰਦੀ ਹੈ ਔਰ ਖੁਦ ਆਪ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਪਣੇ ਪਰਸਨਲ ਯੂਜ਼ ਲਈ ਇਹਨੂੰ ਵਰਤਦਾ। ਇਹ ਤਮਾਮ ਇਲਜ਼ਾਮ ਲੱਗੇ ਸੀਗੇ, ਇਹਨਾਂ ਦੇ ਉੱਤੇ ਸਪਸ਼ਟੀਕਰਨ ਲੈਣ ਲਈ ਮੇਰੇ ਨਾਲ ਖੁਦ ਆਪ ਮੌਜੂਦ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਮੈਂ ਉਹਨਾਂ ਦਾ ਇਸ ਮੰਚ ਦੇ ਉੱਤੇ ਸਵਾਗਤ ਕਰਦਾ, ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਿਰਸਾ ਜੀ, ਮੰਡੇ ਨੂੰ ਸਾਡੇ ਇਸ ਮੰਚ ਦੇ ਉੱਤੇ ਪਰਮਜੀਤ ਸਿੰਘ ਸਰਨਾ ਅਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਨਾਲ ਹੀ ਮਨਜੀਤ ਸਿੰਘ ਜੀਕੇ ਦੋਵੇਂ ਆਏ ਸੀਗੇ ਅਤੇ ਕਈ ਸਾਰੇ ਇਲਜ਼ਾਮ ਉਹਨਾਂ ਨੇ ਲਾਏ। ਲੇਕਿਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਜਾਣਨਾ ਚਾਹਾਂਗਾ, ਕਿਉਂਕਿ ਸਾਡੀ ਅੱਜ ਸਿੱਖ ਡਾਇਸਪੋਰਾ ਜਾਣਨਾ ਚਾਹੁੰਦਾ ਹੈ, SGPC ਨੂੰ ਲੈ ਕੇ ਕਈ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਵੇ, ਜਿਹੜੇ ਅੱਜ ਕਈ ਸਾਰੇ ਸਰੂਪ ਗੁੰਮ ਨੇ ਔਰ SGPC ਦੇ ਬਾਹਰ ਭਾਵੇਂ ਧਰਨਾ ਵੀ ਲਾਇਆ ਗਿਆ। DSGMC ਦਾ ਇਸ ਮੁਤਲਕ ਕੀ ਸਟੈਂਡ ਹੈ? ਦੇਖੋ, ਸਾਡਾ ਤੇ ਕਿਸੇ ਦਾ ਵੀ ਕੀ, ਹਰ ਸਿੱਖ ਦਾ ਇੱਕੋ ਸਟੈਂਡ ਹੁੰਦਾ, ਕੋਈ ਸਟੈਂਡ ਸਿੱਖ ਦਾ ਵੱਖਰਾ ਥੋੜਾ ਹੋ ਸਕਦਾ ਹੈ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦਿੱਤੇ ਗਏ, ਜਿਹਨਾਂ ਜਿਹਨਾਂ ਲੋਕਾਂ ਨੂੰ ਦਿੱਤੇ ਗਏ ਉਹ ਆਈਡੈਂਟੀਫਾਈ ਹੋਣੇ ਚਾਹੀਦੇ ਨੇ, ਕਿਉਂਕਿ ਵਿਸ਼ਾ ਤੇ ਆ ਕਿ ਗੁਰੂ ਸਾਹਿਬ ਦੇ ਜਿਹੜੇ ਸਰੂਪ ਉੱਥੇ ਬਣੇ, ਜਿਹੜੇ ਉੱਥੇ ਮੈਨੇਜਰ ਸੀ ਜਾਂ ਜੋ ਵੀ ਉੱਥੇ ਇੰਚਾਰਜ ਸੀਗੇ, ਉਹਨਾਂ ਲੋਕਾਂ ਨੂੰ ਸਰੂਪ ਤੇ ਦੇ ਦਿੱਤੇ ਗਏ। ਲੇਕਿਨ ਉਹਦੀ ਮਾਇਆ, ਉਹਦੀ ਭੇਟਾ ਜਿਹੜੀ ਸੀਗੀ ਉਹ ਜੇਬਾਂ 'ਚ ਪਾਈ ਗਈ, ਕਿੱਥੇ ਲਿਜਾਈ ਗਈ ਗੋਡ ਨੋਸ ਇਟ, ਮੈਂ ਤਾਂ ਨਹੀਂ ਬੋਲ ਸਕਦਾ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਵਿਸ਼ਾ ਹੈ, ਪਰ ਜਿੰਨੇ ਵੀ ਗੁਰੂ ਸਾਹਿਬ ਦੇ ਪਾਵਨ ਸਰੂਪ ਗਏ ਨੇ ਉਹ ਛਾਂਕਾਂ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ, ਭਾਵੇਂ ਉਹਨਾਂ ਨੂੰ ਪਿੰਡ ਪਿੰਡ ਦੇ ਵਾਸਤੇ ਜਾਣਾ ਪਵੇ। 2016-17 ਦਾ ਜਾਂ 15-16 ਦਾ ਇਹ ਵਿਸ਼ਾ ਹੈ, 2 ਸਾਲ, 1.5 ਸਾਲ ਦਾ, 1 ਸਾਲ ਦੇ ਅੰਦਰ ਜਦੋਂ ਵੀ ਇਹ ਕੋਈ ਇੱਕ ਪਰਟੀਕੁਲਰ ਟਾਈਮ ਰਿਹਾ ਜਿਹਨੇ ਇੱਕ ਮੈਨੇਜਰ ਰਿਹਾ, ਤੇ ਉਹ ਸਾਰੇ ਸਾਰੇ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਨੂੰ ਖੁਦ ਹੀ ਸਭ ਨੂੰ ਜਵਾਬ ਦੇਣਾ ਚਾਹੀਦਾ ਔਰ ਭਾਵੇਂ ਉਹਦੇ ਵਾਸਤੇ ਹਰ ਪਿੰਡ 'ਚ ਆਦਮੀ ਭੇਜਣੇ ਪੈਣ, ਉਹਦੀ ਸਾਰੀ ਦੀ ਸਾਰੀ ਆਈਡੈਂਟੀਫਿਕੇਸ਼ਨ ਕਰਾ ਕੇ ਸੰਗਤ ਸਾਹਮਣੇ ਲਿਆਉਣੀ ਚਾਹੀਦੀ। ਹਰ ਸਿੱਖ ਦਾ ਮਨ ਦੇ ਅੰਦਰ ਇਸ ਗੱਲ ਦਾ ਦੁੱਖ ਤੇ ਰਹੇਗਾ ਹੀ ਔਰ ਮੈਂ ਵੀ ਉਸੇ ਤਰ੍ਹਾਂ ਹੀ। ਜੀ, ਉੱਥੇ ਦੂਜੇ ਪਾਸੇ DSGMC ਦਾ ਸੁਮੇਧ ਸੈਣੀ ਨੂੰ ਲੈ ਕੇ ਕੀ ਸਟੈਂਡ ਹੈਗਾ? ਮੈਂ ਵੀ ਦੱਸਿਆ ਕਿ ਜੋ ਬਾਕੀ ਦਾ ਸਟੈਂਡ ਆ, ਕੋਈ ਸਾਡਾ ਵੱਖਰਾ ਸਟੈਂਡ ਨਹੀਂ, ਜਿਹੜੇ ਵੀ ਉਹਨੇ ਪਾਪ ਕੀਤੇ ਨੇ ਉਹ ਉਹਦੇ ਸਾਹਮਣੇ ਆ ਰਹੇ ਨੇ ਔਰ ਉਹਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਉਹਦੇ ਵਾਸਤੇ ਜਿੱਥੇ ਵੀ ਜਿਹੜੀ ਕੋਰਟ ਦੇ ਅੰਦਰ ਉਹ ਗਿਆ, ਹਾਲਾਂਕਿ ਮੈਂ ਇਹ ਸਮਝਦਾ ਕੋਰਟਾਂ ਨੂੰ ਰਿਲੀਫ ਹੀ ਨਹੀਂ ਦੇਣੀ ਚਾਹੀਦੀ ਹੁੰਦੀ ਐਸੇ ਕੇਸਿਸ ਦੇ ਅੰਦਰ, ਕਿਉਂਕਿ ਜਦੋਂ ਲੋਕ ਸ਼ਾਇਦ ਸੱਤਾ 'ਚ ਹੁੰਦੇ ਨੇ ਉਦੋਂ ਕੋਈ ਲੋਕ ਡਰਦੇ ਨਹੀਂ ਬੋਲਦੇ। ਸਮੇਧ ਸੈਣ ਦੇ ਕੇਸ ਅੰਦਰ ਵੀ ਇਹੀ ਦਿਖਾਈ ਦੇ ਰਿਹਾ ਕਿ ਉਹ ਕਾਫੀ ਸਾਲ ਤੋਂ, ਚਾਹੇ ਉਹ SSP ਰਿਹਾ, ਫਿਰ ਉਹ DIG ਰਿਹਾ, IG ਰਿਹਾ ਔਰ ਜਿਹੜੀਆਂ ਵੀ ਪੋਸਟਾਂ 'ਤੇ ਰਿਹਾ, ਉਦੋਂ ਲੋਕ ਨਹੀਂ ਡਰਦੇ ਬੋਲ ਰਹੇ ਹੋਣਗੇ, ਲੇਕਿਨ ਜਦੋਂ ਉੱਤਰੇਗਾ ਲੋਕਾਂ ਨੂੰ ਸਮਝ ਆਇਆ ਕਿ ਹੁਣ ਇਹ ਪਾਵਰਲੈਸ ਆਦਮੀ, ਅਸੀਂ ਹੁਣ ਇਹਦੇ ਖਿਲਾਫ਼ ਆਪਣੀ ਗੱਲ ਕੱਢ ਸਕਦੇ ਹਾਂ, ਕਿਉਂਕਿ ਬਹੁਤ ਦੇਰ ਤੋਂ ਸਤਾਏ ਔਰ ਦਬਾਏ ਲੋਕ ਸੀਗੇ, ਤੇ ਬਿਲਕੁਲ ਉਹਦੇ ਖਿਲਾਫ਼ ਜਿੰਨੀ ਵੀ ਸਖ਼ਤ ਤੋਂ ਸਖ਼ਤ ਉਹਦੇ 'ਤੇ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ, ਐਸੇ ਲੋਕਾਂ ਦਾ ਹਸ਼ਰ ਜਿਹੜਾ ਲੋਕਾਂ ਨੂੰ ਦਿਖਣਾ ਚਾਹੀਦਾ ਹੈ।
यह भी इल्ज़ाम लाए जाते हैं विरोधी धिर वालों सिरसा जी कि तुहाडे पार्टी के जिहड़े प्रधान ने सुखबीर बादल उन्हां दी मिलीभगत हैगी है जिहड़े अज ओह गायब होए ने उन्हां दी ही शह ते गायब होए ने। इल्जाम तो रोज़ ही इस गलों के उत्ते तो रोज़ ही लोग बोलते हैं, बोलना भी बनता है और इल्जाम ही होंगे ने ना। देखो ये जो तक कोई प्रैक्टिकल देखो इल्जाम और एक सामने गल कोई गल तथ ना गल करने के मैं तुरंत जवाब दे सकता है, लेकिन उनको इल्जाम तो कुछ भी कोई कह सकता है, इस गल का तो कोई जवाब नहीं होंगे। तो उत्ते हुण दूजे पासे असीं DSGMC दी तरफ आ जाने हैं, किस तरीके का कार्यकाल चल रहा थोड़ा, की कुछ मुश्किल सामने आ रही हैं और की कुछ संगतां नूं तुसीं बेनती करना चाहोगे, उस तो बाद जिहड़े इल्ज़ाम भी बकायदा जिहड़े ने ओह तुहाडे उत्ते लाए गए ने उन्हां दे उत्ते भी असीं जरूर गलबात करांगे, लेकिन मैं सब तो पहला DSGMC किस तरीके नाल चल रही है? बहुत अच्छा जी, मैं तुहानूं 3-4 जन आप जी के माध्यम तो सारी संगत नूं जानकारी देना चाहुंदा। मैं मार्च 2019 के अंदर इसनों टेक ओवर किया सी और मैं जो दिल्ली गुरुद्वारा मैनेजमेंट कमेटी ने टेक ओवर किया उस वेले दिल्ली कमेटी उत्ते 4 करोड़ रुपया करजा गुरुद्वारा कमेटी से, मैं स्कूलों को पहले अलग रख के पहले मैं तुम्हें गुरुद्वारा कमेटी दसन लगा, गुरुद्वारा कमेटी से 4 करोड़ रुपया करजा से और 10 लाख रुपया बैंक बैलेंस से और स्टाफ में अभी तक तनखाह दी नहीं गई थी और 24 मार्च हो चुका है। गुरु साहब की रहमत और बख्शिश सदके अज दिल्ली सिख गुरुद्वारा मैनेजमेंट कमेटी ने जिते 550 साल के बहुत वे शानु शौकत गुरु साहब के दिन मनाना किया और खाली गुरु घर भी बहुत वे समागम बल भी किए गए, इसके बावजूद जिते स्टाफ की तनखाह भी 10% वधाई गई और बावजूद सारे स्टाफ को टाइम से तनखाह देनी साडा जुम्मा बनता असीं दे रहे। कोविड के दौरान भी जदों इन्नी वड्डी विपत आई उसके बावजूद भी गुरु साहब की रहमत बख्शी सदके और आप विदेशों के देश के अंदर वास्ते सिखा के सहयोग सदके, क्योंकि एक लोगों का विश्वास है अज असी इस स्टेज पर पहुंचे हाँ कि पहली गल जी गुरद्वारा कमेटी कभी तनखा अपने स्टाफ को दिल्ली कमेटी दे पा रही थी उस गुरद्वारा कमेटी ने पिछले केवल और केवल 16 महीनों से 17 महीने हुए होंगे, इन्ह 16 महीनों के अंदर हूँ तक 25 करोड़ रुपया मैं तुम्हें क्लैरिफाई फिर कर देव 25 करोड़ रुपया गुरद्वारा कमेटी चो दिल्ली के स्कूलों के और इंस्टीट्यूट्स की तनखाहों वास्ते दिता है। मैं फिर क्लैरिफाई कर देव पिछले केवल और केवल 16 महीनों के अंदर या 17 महीने हुए होंगे मार्च लैके तुम देखो किन्ने हुए ने 25 करोड़ रुपया दिल्ली सिख गुरद्वारा मैनेजमेंट कमेटी ने 25 का 27 हो सकता है मैं वध सकता घट नहीं, सो 25 करोड़ के तो ज्यादा अमाउंट जोड़ा है वह गुरु घर चो जोड़ा है वह स्कूलों और इंस्टीट्यूट्स तनखाहों के रूप से दिता गया। हूँ आप इस तो पिछे आ जाइए एकदम 6 साल पिछे चले जाइए जदों मेरे तो पहला वाले प्रधान रहे जेड़े उन्होंने दौरान दिल्ली सिख गुरुद्वारा मैनेजमेंट कमेटी के अंदरों अपन तनखावान केवल और केवल गुरुद्वारे दनखावान नहीं क्डिया जाएचुएशन सी हूँ तुम पहली गलती जानकारी देना बड़ी जरूरी समझा। दूजी गल इस बाद जो तुम कोविड के दौरान मानवता की सेवा होंगी देखी जिस तरीके पूरी दुनिया ने उसके उत्ते अपनी प्रतिक्रिया भी दी चाहे वर्ल्ड के नैशनल चैनल हो चाहे वो इंडिया के नैशनल चैनल हो चाहे वर्ल्ड के न्यूज लीडिंग न्यूज़पेपर हो सब ने उसकी प्रोड़ता की। इस दे नाल ही अज 400 तो ज्यादा हूँ अज तक 450 आ चुके हैं अफगानिस्तान तो जो परिवार आए उन्होंने नाल खड़े होने का भी दिल्ली सिख गुरुद्वारा मैनेजमेंट कमेटी ने कार्य किया। इस दौरान ही जिथे असी अपने स्कूल कॉलेजेस की गल करते हैं उत्थे ही मैडिकल फील्ड अंदर भी दिल्ली सिख गुरुद्वारा मैनेजमेंट कमेटी ने अज जिथे अपन बंद पीया डिस्पेंसरियां चालू किया उत्थे ही इस कोविड की महामारी के दौरान ही जदों की तुम देखा लोग आनो हट गए उस वेले भी साढ़े हॉस्पिटल कामयाबी के तनखावान टाइम नाल दे के चल रहे हैं। हालात एडे वर्स्ट ने दिल्ली के अंदर कि देश और दुनिया के अंदर हर जगह तुम देख रहे हैं, लेकिन गुरु साहब की रहमत बख्शिश है क्योंकि लोगों का विश्वास इस कमेटी से बनया है इस करके असं इस सारे प्रबंध में 550 साल की जो शानो शौकत दिन मनाया तुम देखा चाहे आई जी स्टेडियम करने की गल फीस पेंडिंग वो जा चुकी हैं टीचर के अकाउंट जवाब जरूर लवांगे तमाम जो इल्जाम होर भी लाए गए उन्होंने भी विचार करांगे उन्होंने भी जवाब लवांगे फिलहाल रुक रहे एक निके जे वक्फे लई ब्रेक तो बाद सारे दर्शकों का स्वागत है साढ़े नाल दिल्ली सिख गुरुद्वारा प्रबंधक कमेटी के प्रधान मनजिंदर सिंह सिरसा मौजूद ने। स्कूल दी फीसां दी गल हो रही है गुरु हरकृष्ण पब्लिक स्कूल अते तमाम इंस्टीट्यूशनस जो कि दिल्ली दे विच मौजूद हन
सब तो वड्डा मसला हाल फिलहाल दे विच बना होया है टीचरां दीआं तनखावां दा। कई सारियां टीचरां ने प्रोटेस्ट भी इस मुतलक कीता। सो मजिंदर सिंह सिरसा सिरसा जी इस दे मुतलक अपने स्पष्टीकरण दे रहे ने और टिल डेट तक की टीचरां दे अकाउंट दे विच सैलरी जा चुकी है कि नहीं इस दे उत्ते जवाब असीं लै रहे हां। ब्रेक तो बाद साडे नाल मौजूद ने सिरसा जी, तुहाडा स्वागत है जी। बहुत धन्यवाद जी। इस तरह है कि मैं तुहानूं इह बड़ा इह वी बहुत इंपोर्टेंट मुद्दा है। मैं मार्च अंदर जदों 2019 मार्च में जो मैं दिल्ली सिख गुरद्वारा मैनेजमेंट कमेटी में टेक ओवर करता या जो मनजीत सिंह जी के दिल्ली कमेटी चो हटाए जाते हैं उस वेले चार महीनों दूलों दनखावं बकाया से। ठीक है, कोई कोविड नहीं सी, कोई कुछ नहीं सी। दोबारा मैं कह देव चार महीनों दनखावं बकाया से। तनखावां बकाया सीगियां और एक महीने की तनखा दिल्ली सिख गुरुद्वारा मैनेजमेंट कमेटी के स्कूलों की लगभग 9 करोड़ रुपया एक महीने की। हुण चार महीने तनखावां 10 स्कूलों ने बकाया से, 2 स्कूलों ने अपनी तनखावां दित्तियां सी जिस दिन मैं टेक ओवर करता है। गुरु साहब की रहमत बख्शी सदके वो सारिया दियां सरकारियां तनखावां नूं अपडेट करके 0 मंथ से लैके आंदा सारी सारी तनखावां दित्तियां। कोविड के दौरान कोविड शुरू हुंदा है 23 मार्च तो उसके बावजूद भी जदों सानूं सिख बच्चे साढ़े पढ़ते हैं सानूं तनखावां उन्होंने माँ बाप नहीं दे पा रहे और असीं उन्हां नूं हैंटर मार के तनखावां नहीं लै सकते। आखिरकार वो साढ़े अपने वो सवाल पुछते हैं कि जे जे सानू गुरु घर के अंदर जो स्कूल ने जे असीं उहदे दे अंदर भी सानू रायत मिल सकती असीं उन्हां नूं वो भी साढ़े अपने बच्चे ने और टीचर भी साडियां अपनियां ने। सो एक बड़ी क्रूशियल स्टेज आ। इहदे बावजूद कोर्ट ने कहा असीं कोर्ट नूं दस्सिया कि बाकी स्कूल दिल्ली के 50% तनखा दे रहे थे 60% जा रहे हर महीने की 60% तनखा दिल्ली सिख गुरुद्वारा मैनेजमेंट कमेटी अपने रिसोर्सिस तो 10 स्कूलों और बाकी 2 स्कूल जेड़े ने वो 100% अपनी तनखा दे रहे हैं। ये उस बावजूद हो रहा है जो कि कोविड के दौरान गुरु घर च भी संगतां का आना बहुत घटिया और माँ बाप जेड़े तनखावां नहीं दे पा रहे। हुण बड़ा इंपोर्टेंट इत्थे तीजा इशू, हुण जिहड़ी आई तनखा बकाया है 60% से तनखा हर महीने दिती जा रही है उन्होंने, हुण उन्हां दी 40% बकाया भी होगी ना जो 60 मिली। हालांकि पूरी दिल्ली अंदर 50 मिल रही है, 60 दे रही है। ਅਸੀਂ ਟੀਚਰਾਂ ਨੂੰ ਇਹ ਵੀ ਕਿਹਾ ਕਿ ਜਿਹੜੀਆਂ ਬਕਾਇਆ ਫੀਸ ਨੇ ਤੁਸੀਂ ਇਹਨਾਂ ਨੂੰ ਇਕੱਠਿਆਂ ਕਰੋ ਔਰ ਤੁਸੀਂ ਆਪਣੀ ਬਾਕੀ 40% ਫੀਸ ਵੀ ਇਹਦੇ ਤੋਂ ਆਪਣੀ ਰਿਕਵਰ ਕਰੋ। ਇਹਦਾ ਪੈਸਾ 40% ਤੋਂ ਵੀ ਜ਼ਿਆਦਾ ਬਣਦਾ ਹੈ। ਇਹ ਦਿੱਲੀ ਦੇ ਅੰਦਰ ਅਸੀਂ ਇਤਿਹਾਸ ਕਾਇਮ ਕੀਤਾ ਹੈ ਔਰ ਬਕਾਇਦਾ ਹਾਈ ਕੋਰਟ ਦੀ ਜੱਜ ਜੋਤੀ ਸਿੰਘ ਜੀ ਨੇ ਇਸ ਵਾਸਤੇ ਦਿੱਲੀ ਕਮੇਟੀ ਨੂੰ ਮੁਬਾਰਕਬਾਦ ਦਿੱਤੇ, ਵਧਾਈਆਂ ਦਿੰਦਿਆਂ ਇਹ ਗੱਲ ਕਹੀ ਆ ਕਿ ਆਈ ਕਾਂਗਰਸ ਕਿ ਤੁਸੀਂ ਲੋਕਾਂ ਨੇ 60% ਤਨਖਾਹ ਦੇ ਰਹੇ ਜੇ ਕਿਉਂਕਿ ਬਾਕੀ ਅੱਜ ਜੋ ਹਾਲਾਤ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਜੇ ਕਿ ਹਾਲਾਤ ਬੜੇ ਮਾੜੇ ਨੇ। ਕੋਰਟ ਨੇ ਸਾਨੂੰ ਇਹ ਵੀ ਕਿਹਾ ਕਿ ਤੁਸੀਂ ਬਾਕੀ 40% ਵਾਸਤੇ ਕੀ ਕਰ ਰਹੇ ਹੋ। ਅਸੀਂ ਕੋਰਟ ਨੂੰ ਇਹ ਵੀ ਦੱਸਿਆ ਕਿ ਬਾਕੀ 40% ਤਨਖਾਹ ਜਿਹੜੀ ਆ ਉਹ ਇਸੇ ਤਰੀਕੇ ਸਕੂਲਾਂ ਚੋਂ ਨਿਕਲ ਕੇ ਔਰ ਜੋ ਬਾਕੀ ਬਕਾਇਆ ਟੀਚਰਾਂ ਦੇ ਕੋਲ ਆਪਣੇ ਸੋਰੀ ਸਕੂਲਾਂ ਦੇ ਕੋਲ ਫੀਸ ਬਕਾਇਆ ਪਈ ਆ ਉਹਦੇ ਤੋਂ ਦਿੱਤੀ ਚਾਹੀਦੀ ਆ, ਉੱਥੋਂ ਨਿਕਲ ਕੇ ਆਊਗੀ। ਸੋ ਮੈਂ ਸਮਝਦਾ ਕਿ ਇਹ ਵੀ ਇੱਕ ਐਕਸੈਪਸ਼ਨਲ ਮਤਲਬ ਇੱਕ ਕਹਿੰਦੇ ਨਾ ਕਿ ਰੱਬ ਵੱਲੋਂ ਇੱਕ ਐਸੀ ਪ੍ਰਕੋਪ ਸੀ, ਇੱਕ ਮਹਾਂਮਾਰੀ ਸੀ ਕਿ ਉਸ ਐਕਸੈਪਸ਼ਨਲ ਤੋਂ ਹੀ ਅਸੀਂ ਬਾਹਰ ਨਿਕਲੇ ਹਾਂ। ਇਟ ਇਜ਼ ਫਸਟ ਟਾਈਮ ਇਨ ਦੀ ਹਿਸਟਰੀ ਆਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਮੈਂ ਫਿਰ ਔਨ ਰਿਕਾਰਡ ਕਹਿ ਰਿਹਾ ਹਾਂ, ਇਟ ਇਜ਼ ਦੀ ਫਸਟ ਟਾਈਮ ਇਨ ਦੀ ਹਿਸਟਰੀ ਆਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਦੋਂ ਇੰਨਾ ਵੱਡਾ ਅਮਾਊਂਟ ਜਿਹੜਾ ਕਿ 25 ਕਰੋੜ ਤੋਂ ਜ਼ਿਆਦਾ, ਮੈਂ ਐਗਜੈਕਟ ਅਮਾਊਂਟ ਨਹੀਂ ਦੱਸ ਸਕਦਾ ਲੇਕਿਨ 25+ 25 ਤੱਕ ਦਾ ਮੇਰੇ ਕੋਲ ਹਿਸਾਬ ਆ, ਕੇਵਲ ਔਰ ਕੇਵਲ ਦਿੱਲੀ ਕਮੇਟੀ ਨੇ 16 ਮਹੀਨਿਆਂ ਦੇ ਅੰਦਰ ਟੀਚਰਾਂ ਨੂੰ ਦਿੱਤਾ ਹੋਵੇ, ਇਹ ਰਿਕਾਰਡ ਆ। ਅੱਜ ਤੱਕ 25 ਕਰੋੜ ਕੀ 2.5 ਕਰੋੜ ਵੀ ਨਹੀਂ ਕੋਈ ਦੇ ਸਕਿਆ। ਠੀਕ ਹੈ, ਜੋ ਇਹ ਸਕੂਲਾਂ ਦਾ ਸਿਰ ਸਰ ਜੀ, ਟਿਲ ਡੇਟ ਤੱਕ ਟੀਚਰਾਂ ਦੀਆਂ ਤਨਖਾਹਾਂ ਜਾ ਚੁੱਕੀਆਂ ਹਨ ਉਹਨਾਂ ਦੇ ਅਕਾਊਂਟ ਦੇ ਵਿੱਚ, ਮੇਰਾ ਸਵਾਲ ਮੁੜ ਤੋਂ ਹੈਗਾ ਤੁਹਾਡੇ ਤੋਂ ਜੀ। ਜੁਲਾਈ ਤੱਕ ਆ, ਜੁਲਾਈ ਦੀ ਉਹਨਾਂ ਦੀ ਤਨਖਾਹ ਬਣਦੀ ਨਾ, ਜੁਲਾਈ ਤੱਕ ਦੀ ਜਾ ਚੁੱਕੀ, ਜੁਲਾਈ ਤੱਕ ਦੀ ਜਾ ਚੁੱਕੀ ਹੈ ਤੇ ਅਗਸਤ ਔਰ ਸਪਟੰਬਰ ਦੀ ਜਿਹੜੀ ਹੈ ਮਈ ਜੂਨ ਜੀ ਜੀ ਤੇ ਜੁਲਾਈ ਜੁਲਾਈ ਤੱਕ ਤੁਸੀਂ ਕਿਹਾ ਜਾ ਚੁੱਕੀ ਤੇ ਅਗਸਤ ਦੀ ਔਰ ਹੁਣ ਸਪਟੰਬਰ ਦਾ ਮਹੀਨਾ ਜਿਹੜਾ ਹੈਗਾ ਜਿਹਦੇ ਵਿੱਚ ਤਨਖਾਹਾਂ ਜਾਣੀਆਂ ਹਨ, ਅਗਸਤ ਦੀ ਹੀ ਪੈਂਡਿੰਗ ਹੋਗੀ ਮੇਰੀ ਜਾਣਕਾਰੀ ਦੇ ਮੁਤਾਬਕ, ਕਿਉਂਕਿ ਸਪਟੰਬਰ ਦੀ ਤੇ ਜਾ ਕੇ ਅਕਤੂਬਰ 'ਚ ਪੈਂਡਿੰਗ ਹੋਗੀ। ਠੀਕ ਹੈ ਜੀ। ਸੋ ਸਰਚਾ ਜੀ, ਤੁਸੀਂ ਇਹਦੇ ਉੱਤੇ ਸਪਸ਼ਟੀਕਰਨ ਦਿੱਤਾ ਕਿ 25 ਕਰੋੜ ਜਿਹੜਾ ਹੈਗਾ ਬਕਾਇਦਾ ਫੰਡਸ ਉਹ ਰੇਜ਼ ਕੀਤੇ ਗਏ, 25 ਕਰੋੜ ਤੋਂ ਜ਼ਿਆਦਾ ਹੈ, ਮੈਂ ਮਿਨੀਮਮ 25 ਕਰੋੜ ਕਹਿ ਰਿਹਾ। ਠੀਕ ਹੈ। ਸੋ ਟੀਚਰਾਂ ਦੀਆਂ ਤਨਖਾਹਾਂ ਦਾ ਜਿਹੜਾ ਸੀਗਾ ਮਸਲਾ ਤੁਸੀਂ ਕਿਹਾ ਕਿ ਆਲਰੇਡੀ ਇਟ ਵਾਜ਼ ਰਿਜ਼ੋਲਵਡ, ਤੇ ਹੁਣ ਸਰਚਾ ਜੀ ਬੈਕ ਟੂ ਦਾ ਪੁਆਇੰਟ ਆਉਂਦੇ ਆ। ਜਦ ਤੁਸੀਂ ਚਾਰਜ ਲਿਆ ਤੇ ਉਸ ਤੋਂ ਪਹਿਲਾਂ ਜਿਹੜੇ ਸਾਬਕਾ ਪ੍ਰਧਾਨ ਸੀਗੇ ਮਨਜੀਤ ਸਿੰਘ ਜੀ ਕੇ,
उन्होंने उत्ते कई सारे करप्शन के चार्जिज से बकायदा तुम भी कई सारे करप्शन के चार्जिज उन्होंने उत्ते लाए और उन्होंने बकायदा कोर्ट में लैके लगाया। तुम गलत कह रहे जी जी नहीं नहीं वालिया जी तुम बिल्कुल ऐसे थोड़ा जहां मैं तुम हर की रह जी थोड़ा क्लीयर कर दा जी मैं करप्शन का चार्ज नहीं लगाया कोई भी जी एक करप्शन के चार्ज गुरमीत सिंह शंटी वालों कोर्ट च पाए गए थी कोर्ट ने उन्होंने उत्ते मुकदमा दर्ज कराया कोर्ट ने उन चार्ज लाए थे ठीक है मैं जो हट गए ने जो मैं प्रधान बन गया फिर मैं कागज आके देखे मैं उस जरूर दसिया भी आ कुछ होया वो भी मैं अंदर आके अपने जनरल हाउस सारे मैंबरों को बुला के दसिया ठीक है। सो हुण वह जिहड़ी आ प्रोसीडिंग्स ने कोर्ट दी वह कित्थे तक पहुंचे क्योंकि तुहाडी जिम्मेवारी बनती है तुहाडे तो पहला जिन्हां ने कमान संभाली हुई सी दिल्ली सिख गुरुद्वारा प्रबंधक कमेटी दे संगत दा पैसा सीगा उहनूं गलत उहदी वरतों की गई ते हुण ओह कोर्ट दी प्रोसीडिंग्स कित्थे तक पहुंचियां हन ए जरूर जवाब साडी संगत चाहुंदी पहला मैं दो तीन गल्लां दसणा चाहुंदा आप जी दी संगत नूं कि कई गल्लां लोकां नूं भुलेखे पाए जांदे ने तुहानूं जानकारी पहला चार चीज़ां दी वड्डियां दी जानकारी दें बहुत करप्शन रही है पर मैं तुहानूं वड्डियां चार चीज़ां जानकारी देना चाहुंदा जी। हरकीरत जी एक ते इत्थे दो बंदयां ने साइन मैंडेटरी हुंदे ने एक प्रधान ते एक जनरल सकत्तर सो जनरल सकत्तर प्रधान मनजीत सिंह जी के सी हैरानगी की गल है कि जिन्नी इस अंदर गलत काम किए गए वो अंदर मनजिंदर सिंह सिरसा साइन इग्नोर कर दिया गया क्योंकि मनजिंदर सिंह सिरसा कभी साइन करेगा नहीं। सब तो पहला सवाल मनजीत सिंह जी के जी पे खड़ा होता है कि ऐसी क्यों सिचुएशन आई कि तुम मनजीत सिंह जी के जी जिन्हें भी थोड़े अज तक ऑडिट के भी देखो डिलॉयट वर्ल्ड की ऑडिट कंपनी है थोड़े को भी अमेरिका से तुम भी डिलॉयट के बारे जानते जी डिलॉयट ने भी जो अपना कड़ के दसिया है वो अंदर भी एक जगह भी मनजिंदर सिंह सिरसा साइन नहीं 100% मनजीत सिंह जी के कल साइन ने या जिहड़ा मेरी जगह से इन्होंने बना रखा अमरजीत सिंह पप्पू उस साइन कराए गए एक गल। दूजी गल मैं तुम्हें पांच बड़ियां गल्लां दसना चाहना जो कभी तुम्हें मौका मिले उन्होंने आने तुम्हें जरूर पूछो जी। एक कैनेडा के एक परिवार ने 51 लाख रुपया दिता गुरु ग्रंथ साहिब महाराज जी के स्वरूपां दी जिहड़ी साडी प्रिंटिंग प्रैस आ उस बिल्डिंग दे निर्माण वास्ते उत्थे अरदास हुंदी है मैं उस अरदास दा हिस्सा ज्ञानी रंजीत सिंह जी अरदास करदे ने और वो परिवार भी अरदास करदा 51 लाख रुपया आ जांदा है लेकिन उह साडे किसे भी हिताब च नहीं पाया जांदा साडी गुरुद्वारा कमेटी दी किताबां च नहीं आउंदा सानूं किसे नूं नहीं पता लगदा ना मैनूं पता किसे नूं नहीं पता उसनूं बारों बार कढ के मनजीत सिंह जी के लै जांदे ने जदों पुछा जांदा जदों रौला बहुत वध जांदा है पुछा जांदा है कि उहनां ने एक संतां दा नाम दित्ता कि मैं उहनां नूं पैसे दित्ते ने जदों इह पुछा गया भी उहनां नूं पैसे दित्ते ने कदों दित्ते किहदे सामने दित्ते कित्थे दित्ते किन्ने कढ के दित्ते और भी कैश दित्ते ने ते उहदा कोई उहनूं कोई जवाब नहीं। दूजी गल 1 लाख किताब दा ऑर्डर दित्ता जांदा है 1 लाख किताब दा 1 लाख किताब का ऑर्डर अज मनजीत सिंह जी के एक सिंगल चिट्ठी देंगे ने जिन्होंने कोई अधिकार नहीं है मेरे साइनों तो बिना या जनरल सकत्तर साइन तो बिना इतने कोई काम नहीं हो सकता चलो दे देंगे ने अज 1 लाख किताब का ऑर्डर देंगे ने अज सो अज ही वो बंदा 1 लाख किताब छापन का उन्होंने ऑर्डर मिल जाता है वो 1 लाख किताब अज ही छाप के लै आता है वो 1 लाख किताब अज ही छाप के रिसीव कर ली जाती है और अज ही उन्हें 1 लाख चेक किताब का चेक दे दिता जाता पेमेंट भी हो जाती है 1 लाख किताब छापन का ऑर्डर एक दिन के अंदर इको दिन के अंदर पेमेंट इको दिन के अंदर रिसीविंग और 1 लाख किताब कितने है यह मैं तुम्हें नहीं दसूंगा ये मैं नहीं दसूंगा कोई गल नहीं उन्होंने नहीं गल अपनी बेटी के नाम जी कि उन्होंने खुद की बेटी आ उसके नाम से एक कंपनी है जिसका एड्रैस उस कंपनी का प्राइवेट लिमिटेड कंपनी है वो तुम ऑनलाइन जाके देख सकते मैं तुम्हें डॉक्यूमेंट सारे भेजूंगा ठीक है उसके अंदर उन्होंने बेटी डायरेक्टर आ और घर का एड्रैस M103 मनजीत सिंह जी के जी की घर का एड्रैस आ ठीक है दोबारा मैं क्लैरीफाई करता एड्रैस मनजीत सिंह जी के जी की घर का है और कंपनी चुना बेटी डायरेक्टर आ उसनों 1 लाख रुपया दिता जाता है और मेरे साइना तो बिना दिता जाता और जो पूछा जाता है पैसा क्यों दिता है तो जवाब ही आता है इन्हों तो असं दस्ताने से जराबा खरीदिया उन्होंने दस्ताने जराबा कि खरीदिया से बारे से अज भी नहीं पता और दस्ताने जराबा खरीद के किनू दिखा ये बारे से नहीं पता जो उन्हें टीवी चैनल पूछता है भी तुम अपनी बेटी नाम से पैसे किए देते वो कहते मैंने पता नहीं कि मेरी बेटी की कंपनी है जी कंपनी उन्होंने बेटी की उन्होंने ये नहीं पता और जी उन्होंने घर के एड्रैस पर दिता उन्होंने भी नहीं पता चलो हम तीजी गल चौथी गल अमेरिका तुम बैठे जी कनेडा तुम बैठे जी मैं तो भेज दूंगा अमेरिका कनेडा और इंग्लैंड संगतों के नाम के उत्ते तकरीबन 25 लाख रुपया जोड़ा कि तकरीबन $20,000 और पाउंड बनते हैं वो क्ढे गए जी कि मैं उत्थे प्रचार करने वास्ते चलिया वो भी फिर मेरे साइनों तो बिना जदों वो 3 साल बाद खुलासे हुए तो पूछा गया पैसे कितने ने जवाब मिलता है जी चिट्ठिया पढ़िया उस किया गया कि यह पैसे खर्च कर दिए गए कितने खर्च किए गए नाम नहीं दसया गया और हुण की कहिंदे ने जदों पुलिस ने बुलाया भी जस्ट जवाब दिओ ते फिर सानू इंग्लैंड तो और कनेडा तो लैके चिट्ठियां देतियां कि एक कबड्डी कप वाले कह रहे नहीं असीं गुरु नानक देव जी का प्रोग्राम करना से असीं कर नहीं सके अपने पैसे वापस मंगा लो इंग्लैंड तो यही कनेडा तो और यही अमरीका तो जवाब आया तुम सोचो 3 साल बाद कबड्डी क्लब वाले सानू चिट्ठियां भेज रहे हैं साढ़े तो पैसे वापस मंगा लो तो मैं कहा भाई ये कोई टैची से जरा छड़ के गया मनजीत सिंह जी का छड़ के वापस भी लै जाता सो तुम ये देख लो कि जो करप्शन फड़ी गई फिर किया हूँ चौथी गल एक बहुत ही दिल्ली के परिवार ने
एसी लवाए बंगला साहब अंदर 50 लाख रुपया एसिया वास्ते दिता जी। सानू किसी नूं दस्सिया गया, यह गल 2014 दी आ। मैनूं कहा गया कि बंगला साहब एसी लगने आ, मैं क्या बहुत अच्छी गल, आपां नूं लगाउणे चाहीदे ने। असीं एसी दी कोटेशन कीती, मैं खुद फॉलोअप किया, बेस्ट कंपनी ने डाइकन दे एसी लवा के दिते और मैं अपने हत्थी सारी नैगोशिएशन करके पेमेंट दिती, गल खत्म हो गई। हुण जाके जदों खुलासे होए तो उस परिवार ने अगे आके कहा जी मैं तो 50 लाख रुपया दिता सी एसी लवाउण दा, एसी ते मैं लवाए दे इत्थे। जदों सरदार मनजीत सिंह जीके जी नूं पुछिया गया कि मनजीत जी उह पैसे कित्थे, ते कहिंदे 50 लाख असीं एसी लवाए, कहिंदे हाँ हाँ उह पैसे मैं लए सी, उह पैसे फिर कित्थे आ, उह पैसे मैं गुड़ च पाते सी। मैं कहा जी तुसीं गुड़ कियों पा सकते, सब मैंबर पुछिया तुसीं गुड़ कियों पा सकते नहीं, सानूं तुसीं दस्सिया ही नहीं 5 साल तक। असीं कहा चलो कोई गल नहीं, तुसीं गुड़ च पाते होणगे, तुसीं तरीक दस दो, ते उह ते पता लग जांदा क्योंकि हर हफ्ते 34 लाख गोलक हुंदी आ, ते उस में हफ्ते 84 लाख गोलक होई होगी। कहिंदे नहीं मैं थोड़े थोड़े करके पाते सी, जरूर विचार करांगे। फिलहाल रुक रहे एक निक्के जे ब्रेक लई, ब्रेक तो बाद थोड़ा स्वागत है। साडे नाल दिल्ली सिख गुरुद्वारा प्रबंधक कमेटी के प्रधान मनजिंदर सिंह सिरसा मौजूद हैं, जो कि दस रहे हैं जिहड़े चार्जेस बकायदा ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਹੋਰਾਂ ਦੇ ਉੱਤੇ ਲੱਗੇ ਹਨ। ਉਹਨਾਂ ਦੇ ਬਾਰੇ ਉਹ ਸਾਨੂੰ ਵਿਸਥਾਰ ਦੇ ਵਿੱਚ ਦੱਸ ਰਹੇ ਹਨ। ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਦਿੱਲੀ, ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਕੋਲ। ਹਾਂਜੀ ਸਿਰਸਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਏਸੀ ਦੀ ਤੁਸੀਂ ਗੱਲ ਕੀਤੀ ਜੀ। ਜੀ ਜੀ ਮੈਂ ਤੁਹਾਨੂੰ ਇੱਕ ਗੱਲ ਇਹ ਦੱਸਣਾ ਹੋਰ ਇੰਪੋਰਟੈਂਟ ਜਾ ਰਿਹਾ ਸੀ, ਇਸ ਦੇ ਨਾਲ ਹੀ ਇਸੇ ਤਰ੍ਹਾਂ 80 ਲੱਖ ਰੁਪਇਆ ਕੈਸ਼ ਵਿਦਡਰਾਅ ਕੀਤਾ ਗਿਆ, 50 ਲੱਖ ਇੱਕ ਤੇ 30 ਲੱਖ ਰੁਪਇਆ ਇੱਕ। ਮਨਜੀਤ ਸਿੰਘ ਜੀ ਦੇ ਜਿਹੜੇ ਨਿੱਜੀ ਦੋਸਤ ਨੇ, ਉਹਨਾਂ ਦੇ ਭਰਾ ਨੇ ਜਾਂ ਜੋ ਵੀ ਉਹਨਾਂ ਦੇ ਬਣੇ ਨੇ, ਔਰ ਦਿੱਲੀ ਕਮੇਟੀ ਉਹਨਾਂ ਨੇ ਆਪਣੇ ਜਦੋਂ ਨੇ ਆਪਣੇ ਆਪਣੇ ਸੈਕਟਰੀ ਤੌਰ ਤੇ ਉਹਨਾਂ ਨੂੰ ਆਪਣੀ ਨੌਕਰੀ ਦਿੱਤੀ ਸੀਗੀ, ਔਰ ਇੱਥੇ ਉਹ 6 ਸਾਲ ਤੱਕ ਇਹਨਾਂ ਦੇ ਸੈਕਟਰੀ ਰੂਪ 'ਚ ਕੰਮ ਕਰਦੇ ਰਹੇ। ਉਹਨਾਂ ਦੇ ਸਾਈਨਾਂ 'ਚ ਉਹਨਾਂ ਲਿਖਿਆ ਕਿ ਔਨ ਦੀ ਆਰਡਰ ਆਫ ਪ੍ਰੈਜ਼ੀਡੈਂਟ ਆਫ ਦਿੱਲੀ ਕਮੇਟੀ 50 ਲੱਖ ਰੁਪਇਆ ਕੈਸ਼ ਇੱਕ ਲਿਆ, 30 ਲੱਖ ਇੱਕ ਲਿਆ। ਹੁਣ ਇਹਨਾਂ ਨੂੰ ਪੁੱਛਦੇ ਆ ਪੈਸਾ ਕਿੱਥੇ ਆ, ਕਹਿੰਦੇ ਜੀ ਮੇਰੇ ਪੀਏ ਤੋਂ ਪੁੱਛ ਲਓ, ਤੁਸੀਂ ਸੋਚੋ। ਇਸੇ ਤਰ੍ਹਾਂ 13,65,000 ਰੁਪਇਆ ਲੱਖੀ ਸ਼ਾਹ ਜੀ ਦੇ 550 ਸਾਲਾਂ ਜਾਂ 400 ਸਾਲਾਂ ਸੋਰੀ ਜੋ ਵੀ ਉਹਨਾਂ ਦਾ ਦਿਨ ਮਾਉਣ ਦੇ ਨਾਮ ਤੇ ਕਿਹਾ ਕਿ ਬੱਸਾਂ ਮੰਗਾਈਆਂ ਨੇ, ਜਦੋਂ ਕਿ ਹੈਰਾਨਗੀ ਦੀ ਗੱਲ ਇਹ ਆ ਕਿ 13,65,000 ਦੀਆਂ ਅਗਰ ਇੱਕ ਬੱਸ 5,000 ਵੀ ਲਵੇ ਤੇ 2600 ਬੱਸਾਂ ਆ ਜਾਂਦੀਆਂ ਨੇ, 2600 ਬੱਸਾਂ, ਔਰ ਇੱਕ ਪ੍ਰੋਗਰਾਮ 'ਚ ਇੱਕ ਵੀ ਬੱਸ ਨਹੀਂ, ਨਾ ਹੀ ਉਸਦਾ ਕੋਈ ਪ੍ਰੋਗਰਾਮ ਹੋ ਗਿਆ। ਲੇਕਿਨ ਜਦੋਂ ਇਹ ਸਵਾਲ ਪੁੱਛਦੇ ਹਾਂ ਤੇ ਉਹ ਪਤਾ ਕੀ ਕਹਿਣਗੇ, ਕਹਿਣਗੇ ਜੀ ਮੈਂ ਤੁਹਾਨੂੰ ਨਹੀਂ ਜਵਾਬ ਦੇਊਂਗਾ, ਇਹ ਮੇਰੇ ਕੋਰਟ 'ਚ ਕੇਸ ਚੱਲਦਾ ਪਿਆ। ਸੋ ਇਹ ਮੈਂ ਤੁਹਾਨੂੰ ਜਾਣਕਾਰੀ ਦੱਸਣਾ ਜ਼ਰੂਰ ਸਮਝਦਾ ਆਪ ਜੀ ਸੰਗਤਾਂ ਨੂੰ ਵੀ ਕਿ ਇਹ ਜਿਹੜੇ ਸਾਰੇ ਕੇਸ ਸੀ ਇਹਦੀ ਕੰਪਲੇਂਟ ਜਿਹਨੂੰ ਜਾਂਦੀ ਹੈ ਕੋਰਟ ਦੇ ਕੋਲ, ਇਹ ਕੋਰਟ ਨੇ ਮੁਕੱਦਮਾ ਦਰਜ ਕਰਾਇਆ, ਪਹਿਲਾ ਮੁਕੱਦਮਾ ਦਰਜ ਕਰਾਇਆ ਕੋਰਟ ਨੇ। ਫਿਰ ਕੋਰਟ ਨੇ ਕਿਹਾ ਕਿ ਇਹ ਧਾਰਾਵਾਂ ਬੜੀਆਂ ਥੋੜੀਆਂ ਨੇ, ਇਹਨੇ ਕੌਮ ਨਾਲ ਬਹੁਤ ਵੱਡਾ ਗਦਾਰੀ ਕੀਤੀ ਆ, ਇਹਨੇ ਸਿੱਖਾਂ ਦਾ ਵਿਸ਼ਵਾਸ ਨੂੰ ਤੋੜਿਆ ਹੈ, ਔਰ ਇਸ ਬੰਦੇ ਦਾ ਸਮਾਜ 'ਚ ਰਹਿਣਾ ਠੀਕ ਨਹੀਂ, ਇਹਦੇ 'ਤੇ 409 ਵੀ ਲੜਾਈ ਜਾਵੇ, 409 'ਚ 10 ਸਾਲ ਦੀ ਸਜ਼ਾ ਹੈ। ਇਹ ਤੁਸੀਂ ਸਵਾਲ ਮਨਜੀਤ ਸਿੰਘ ਜੀ ਕੋਲ ਪੁੱਛ ਸਕਦੇ ਜੀ, ਉਹਨਾਂ ਦੇ ਕੋਰਟ ਨੇ ਮੁਕੱਦਮਾ ਦਰਜ ਕਰਾਇਆ। ਰਾਈਟ, ਸੋ ਇਹ ਸਰਸਾ ਜੀ ਪ੍ਰੋਸੀਡਿੰਗਸ ਕਿੱਥੇ ਤੱਕ ਚੱਲ ਰਹੀਆਂ ਹਨ, ਦਲੀਲਾਂ ਕੀ ਕੁਛ ਸੁਣਨ ਨੂੰ ਮਿਲ ਰਹੀਆਂ ਹਨ, ਇਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ? ਜੀ, ਇਹਦੇ 'ਤੇ ਉਹਨਾਂ ਨੇ, ਕਿਉਂਕਿ ਜਿਹੜਾ ਲੋਕਲ SHO ਜਿਹੜਾ ਲੋਕਲ IO ਸੀ, ਉਹਨੇ ਇਹਨਾਂ ਨੂੰ ਬੜਾ ਬਚਾਉਣ ਦੀ ਕੋਸ਼ਿਸ਼ ਕੀਤੀ। ਜੱਜ ਨੇ ਫਿਰ ਇਹ ਲਿਖਣ ਨੂੰ, ਆਪਣੀ ਕਲਮ ਨਾਲ ਲਿਖਣ ਨੂੰ ਮਜਬੂਰ ਹੋਈ ਜੱਜ ਕਿ ਇਹ ਅਗਰ ਇਸ ਤੋਂ ਇਨਵੈਸਟੀਗੇਸ਼ਨ ਕਰਾਈ ਜਾਏਗੀ ਤੇ ਇਹ ਬਹੁਤ ਵੱਡਾ ਗੁਨਾਹ ਹੋਊਗਾ, ਕਿਉਂਕਿ ਮੈਂ ਜੱਜ ਇਸ ਪੁਲਿਸ ਸਟੇਸ਼ਨ ਦੀ ਹਾਂ, ਮੇਰੀ ਅਧਿਕਾਰ ਖੇਤਰ ਤੋਂ ਬਾਹਰ ਆਈ ਦੀ ਇਨਵੈਸਟੀਗੇਸ਼ਨ ਨੂੰ ਬਦਲਣਾ। ਇਸ ਕਰਕੇ ਮੈਂ ਕਮਿਸ਼ਨਰ ਪੁਲਿਸ ਨੂੰ ਕਹਿੰਦੀ ਹਾਂ ਕਿ ਉਹ ਮੇਰੀ ਕੋਰਟ 'ਚ ਹਾਜ਼ਰ ਹੋਵੇ ਔਰ ਇਹ ਤੈਅ ਕਰੇ ਕਿ ਇਹਦੀ ਇਨਵੈਸਟੀਗੇਸ਼ਨ ਕੇਸ ਫੇਰ ਏਜੰਸੀ ਤੋਂ ਹੋਣੀ ਚਾਹੀਦੀ ਆ। ਹੁਣ ਇਹਦੀ ਇਨਵੈਸਟੀਗੇਸ਼ਨ ਇਕਨੋਮਿਕ ਓਫੈਂਸ ਵਿੰਗ ਆਫ ਦਿੱਲੀ ਜਿਹੜਾ ਉਹ ਕਰਦਾ ਪਿਆ, ਇਹਦੇ ਅੰਦਰ ਜਿਹੜੇ ਪਹਿਲੇ ਕੇਸਿਸ ਨੇ ਉਹਦੇ ਇਲਾਵਾ ਜਿਹੜੀਆਂ ਬਾਕੀ ਹੁਣ ਹੋਰ ਨਵੀਆਂ ਗੱਲਾਂ ਨਿਕਲ ਕੇ ਆਈਆਂ ਉਹ ਵੀ ਕੰਪਲੇਂਟਾਂ ਉਹਨਾਂ ਕੋਲ ਪੈਂਡਿੰਗ ਨੇ। ਠੀਕ ਹੈ, ਹੁਣ ਸਿਰਸਾ ਜੀ ਜਿਹੜੇ ਇਲਜ਼ਾਮ ਤੁਹਾਡੇ ਉੱਤੇ ਲਾਏ ਜਾਂਦੇ ਹਨ, ਕਿਹਾ ਜਾਂਦਾ ਕਿ ਤੁਸੀਂ 1 ਕਰੋੜ ਰੁਪਏ ਦੇ ਟੈਂਟ ਅਤੇ ਤਿਰਪਾਲ ਦੇ ਫਰਜ਼ੀ ਬਿੱਲ ਪਾਇਆ ਹੋਇਆ, ਬਕਾਇਦਾ ਸਰਨਾ ਹੋਰਾਂ ਨੇ ਤੁਹਾਡੇ ਉੱਤੇ ਕੇਸ ਕੀਤਾ ਹੋਇਆ, ਅਤੇ ਨਾਲ ਹੀ ਤੁਸੀਂ ਜਦ ਵਿਧਾਇਕ ਦੀ ਚੋਣ ਲੜੀ ਸੀਗੀ ਤਾਂ ਤੁਸੀਂ ਦੁਰਵਰਤੋਂ ਕੀਤੀ ਸੀਗੀ ਆਪਣੇ ਸਟਾਫ ਦੀ ਔਰ ਫੰਡਸ ਦੀ, ਆਪਣੇ ਨਿੱਜੀ ਜਿਹੜੇ ਵਿਧਾਇਕ ਦੀ ਚੋਣ ਸੀਗੀ MLA ਦੀ, ਉਹ ਜਦ ਤੁਸੀਂ ਲੜੀ ਸੀਗੀ। ਹੋਰ ਵੀ ਇਲਜ਼ਾਮ ਨੇ, ਪਹਿਲਾਂ ਮੈਂ ਇਹਨਾਂ ਦੋਵਾਂ ਦੇ ਉੱਤੇ ਕਰਕੇ ਪੁੱਛੋ, ਮੈਂ ਤਰੀਕੇ ਕਰਕੇ ਪੁੱਛਦੀ, ਤੁਹਾਡੇ ਮੈਨੂੰ ਤੁਹਾਨੂੰ ਚੰਗਾ ਹੋ, ਤੁਹਾਡੇ ਲੋਕ ਸੁਣ ਵੀ ਸਕਣਗੇ ਜੀ, ਤੁਸੀਂ ਦੋਸ਼ ਦਾ ਜਵਾਬ ਅਗਰ ਨਹੀਂ ਇੱਕ ਬੋਲੀ ਮਤਲਬ ਇੱਕ ਦਾ ਨਾਲ ਨਾਲ ਜਵਾਬ ਦੇ। ਇੱਕ ਕਰੋੜ ਜਿਹੜੇ ਟੈਂਟ ਅਤੇ ਤਿਰਪਾਲ ਦੇ ਫਰਜ਼ੀ ਬਿੱਲ ਤੁਸੀਂ ਪਾਏ ਨੇ, ਉਹਦੇ ਉੱਤੇ ਕੀ ਸਪਸ਼ਟੀਕਰਨ ਹੈ ਤੁਹਾਡਾ? ਹਰਕੀਰਤ ਜੀ, ਮੈਂ ਬੜਾ ਇਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਸੀ, ਬੜੀ ਹੈਰਾਨਗੀ ਦੀ ਗੱਲ ਆ, ਜਿਹੜੇ ਟੈਂਟ ਖਰੀਦੇ ਗਏ ਨਾ ਮੈਂ ਉਸ ਵੇਲੇ ਆਰਡਰ ਦਿਆਂ, ਆਰਡਰ ਕਿਹਨੇ ਪਲੇਸ ਕੀਤਾ? ਸਿੰਗਲ ਸਾਈਨ ਮਨਜੀਤ ਸਿੰਘ ਜੀਕੇ ਦਾ ਆਰਡਰ ਪਲੇਸ ਹੋਇਆ ਜੀ। ਫਿਰ ਉਹ ਸਮਾਨ ਆ ਜਾਂਦਾ, ਰਿਸੀਵਿੰਗ ਕਿਹਨੇ ਲਈ? ਮਨਜੀਤ ਸਿੰਘ ਜੀਕੇ ਨੇ ਤੇ ਅਮਰਜੀਤ ਸਿੰਘ ਪੱਪੂ ਨੇ ਲਈ। ਫਿਰ ਉਹਦੀ ਪੇਮੈਂਟ ਕੀਤੀ ਜਾਂਦੀ ਆ, ਪੇਮੈਂਟ ਚੈੱਕ ਨਾ ਹੋਣੀ ਆ ਨਾ ਜੀ, ਤੇ ਚੈੱਕ ਤੇ ਸਾਈਨ ਕਿਹਦੇ ਨੇ? ਮਨਜੀਤ ਸਿੰਘ ਜੀਕੇ ਤੇ ਅਮਰਜੀਤ ਸਿੰਘ ਪੱਪੂ ਦੇ, ਤੇ ਗਲਤ ਕੌਣ ਆ? ਸਿਰਸਾ ਜੀ। ਜਦੋਂ ਕਿ ਹੁਣ ਤੀਜੀ ਗੱਲ, ਜਦੋਂ ਕਿ ਇੱਕ ਇਸ ਦੌਰਾਨ ਮੈਂ 3 ਮਹੀਨੇ, 1 ਨਹੀਂ 2 ਨਹੀਂ 3 ਮਹੀਨੇ, 90 ਦਿਨ ਤੱਕ ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਚਾਰਜ ਮੇਰੇ ਕੋਲ ਨਹੀਂ ਹੈਗਾ,
मैं जदों एक कंप्लेंट आई थी तो मैं मनजीत सिंह जी को रिटर्च भेजा से भी आडे से ये तरपाला की गल करते पे ने मनजीत जी क्योंकि तुम और पप्पू जी इसके अंदर से कृपा करके स्पष्टीकरण दो कंप्लेंट इन्होंने मनजीत सिंह जी के खिलाफ पाई और जो इकट्ठे हो गए तो फिर मनजिंदर सिंह फिर से भी बन गए और फिर हूँ अगे हरकीरत जी ये कंप्लेंट को कोर्ट च भी लेके गए ने जो मनजीत सिंह जी के कंप्लेंट हुई थी ये हुई थी सितंबर 7 सितंबर या 8 सितंबर के आस पास और पुलिस की कंप्लेंट गई थी 3 सितंबर के आस पास और 15 नवंबर विद इन 15 दिन या 40-30 दिन मैं एग्जैक्ट ध्यान नहीं पर 1 महीने के अंदर अंदर मुकदमा पुलिस ने दर्ज कराता थी। मैं तो इन्होंने कहा कि तुम कोर्ट जाओ जिथे भी तुम लगता है मैं मैंने तो कितने भी जाने की वैसे लड़ नहीं सरदार मनजीत सिंह जी के पहला दस दिन कि उन्होंने साइन है ने, नहीं है अमरजीत सिंह पप्पू कह दें उन्होंने साइन है नहीं है क्या खरीद मनजीत सिंह जी के साइन है जे मनजीत सिंह जी तुम पूछ लेन कागज सामने रिसीविंग उन्होंने है पेमेंट उन्होंने है तो भी सिरसा किमें कसूर बारे का जवाब तो दे दें। दूजी गल हर चीज में जिम्मे तुम पहला क्या हर चीज खरीदने वास्ते दो बंद की लड़ा फिर उन्होंने पूछो जी के साहब कि दूजा बंदा कौन सी भाई जी ने साइन किए दुद्ध दुद्ध पानी पानी जो मर्जी तुम बुला लियो जी मैं तो इसे टीवी चैनल से इस काम वास्ते जिदा तुम ब्लॉग में हाजिर सिरसा जी मैं दूजे सवाल सुनो मैं सुन लिया दूजा सवाल तुम्हें क्या देखो मैं तुम्हें क्या यह हूं इल्जाम कि जी वरतों की गई या तो स्पेसिफिक कह कि जी फलानी इलेक्शन हुई मेरिया जिन्या भी इलेक्शन हुई उस प्रधान तो मनजीत सिंह जी के ही होंगे तो वो अज अगर आके कह से गलते तो बड़ी शर्म की गल है मतलब हो गया कि तुम उदो बड़े घटिया आदमी से कि तुम दिल्ली कमेटी में इस्तेमाल करा रहे गुरु घर में इस्तेमाल करा रहे थे फिर उन्होंने गलती है ना क्योंकि प्रधान से वे और मैं तुम एक गल कही कि किसी भी करप्शन च मनजिंदर सिंह सिरसा यह नहीं कहूँ कि उदो मेरी मजबूरी सी जी मैं साइन करने पे मनजीत सिंह जी के मजबूर सन ना मेरा कितने मतलब नहीं है भाई गलत है तो मनजीत कला ही गलत दिखाई देगा साइन उत्ते नहीं है कि मैं नहीं कहूँगा साथी मैंबर जो सुरनजीत सिंह विरक ने उन्होंने उत्ते 1.35 करोड़ रुपए के बिल बना के भुगतान लैण का जिहड़ा शिकायत हैगी है वह थाणा नॉर्थ एवेन्यू दिल्ली विखे दर्ज भी हैगी है इस दे उत्ते थोड़ा की स्पष्टीकरण है बिल्कुल ये भी झूठ है उन्होंने गल पहली गल है दिल्ली सिख गुरद्वारा मैनेजमेंट कमेटी के विरक जे मैंबर बने 2013 च और उन्होंने को दिल्ली के अंदर जिन्हें जनरेटर लगते हैं दिल्ली गुरद्वारा मैनेजमेंट कमेटी 2002 तो ध्यान कर लियो जी 2002 तो मैं खुद 2013 च पहली बार मैंबर बनया है और विरक जरा सरबजीत सिंह विरक जरा है वह मैंबर बनया 2017 च सो 2002 तो लैके हूं तक जिन्हें दिल्ली कमेटी के अंदर जनरेटर लगते हैं उन्होंने लगते हैं तो मैं तो अंदर कुछ नहीं करना है जी ठीक है। सो सिरसा जी गल इतने एक सवाल वड्डा होर भी बनता है कि जब तुम पता चल गया कि तुहाडे साइन नहीं हो रहे तुसी बकायदा जनरल सकत्तर सीगे दिल्ली सिख द्वारा प्रबंधक कमेटी दे तां तुसी उस टाइम अपनी आवाज़ बुलंद क्यों नहीं की कि तुहाडे उत्ते प्रेशर सीगा या फिर की अजिहा की मजबूरियां बनियां कि तुसी संगत दी कचहरी दे विच उस टाइम उस नूं नहीं लैके आए इस दे उत्ते मैं जवाब जरूर लवांगा स्पष्टीकरण जरूर लवांगा फिलहाल एक ब्रेक लई रुकने और जब ब्रेक तो बाद वापस आवांगे मनजिंदर सिंह सिरसा साडे नाल मौजूद रहणगे मिलदे हां ब्रेक तो बाद। ब्रेक तो बाद स्वागत है साढ़े नाल मनजिंदर सिंह सिरसा दिल्ली सिख गुरद्वारा प्रबंधक कमेटी के प्रधान मौजूद हैं कई सारे इल्जाम उन्होंने उत्ते भी हैं उन्होंने उत्ते स्पष्टीकरण वो आप खुद दे रहे हैं सीधा लैके चलते हैं दिल्ली साढ़े नाल फोन लाइन के उत्ते मौजूद ने सिरसा साहब मैं तुम्हें पूछ रहा है तुसी खुद आप जनरल सकत्तर रहे दिल्ली सिख गुरद्वारा प्रबंधक कमेटी के जब तुम्हें पता लगे कि तुहाडे साइन नहीं हो रहे किसी भी बिल के उत्ते जो भी यू नो बिल्स रिसीव होंगे सके जब तुहाडे हस्ताक्षर नहीं हो रहे तो संगत की कचहरी के इस गल क्यों नहीं लैके गए की तुहाडे उत्ते प्रेशर सीगा हाईकमान वालों ना जी ना मेरे से कभी को प्रेशर सीगा ना मैं किसी प्रेशर थले जिंदगी च काम करूंगा गुरु घर की गोलक के उत्ते सब वर्गू बैठना मेरा फर्ज बनता है जी मेरा मैं कोई नहीं गल ये नहीं कह सकता उदो मेरी कोई मेरी उदो भी मजबूरी नहीं थी जी क्यों क्योंकि जो ये साइन करते इस 3 बंदे ने साइन होंगे ने एक जनरल मैनेजर जिन्हों नाम हरजीत सिंह सूबेदार से एक मनजीत सिंह जी के एक मेरे मेरी एबसेंस अंदर अमरजीत सिंह पप्पू के जिड़े जिड़े भी गलत काम किए गए मेरी एबसेंस किए गए जो मैं यहाँ से बाहर हूँ या मैं पंजाब के अंदर जो इलेक्शन दौरान मैं पंजाब से ज्यादा टाइम उस पर रहा 5-6 महीने तक तो अमरजीत सिंह पप्पू होर ने पूछा उन्होंने एबसेंस के सिग्नेचर करते हैं पूरी गल कर लेंगे मैं दस प्लीज सूबेदार भी मनजीत सिंह जी के भी अमरजीत सिंह पप्पू तो साइन करा ले गए हुण की हुंदा है ये मैनूं पता लगा कि सूबेदार इज अ मोस्ट करप्ट आदमी मनजीत सिंह जी के अमेरिका जाते हैं एक बिल साइन होके आउंदा मेरे को जिथे ते दो वार एक ही काम में दो बार पैसे ले जा रहे थे मैं इमीजिएटली सूबेदार को सस्पेंड कर दूं और नौकरी चो और करके मैं नवा बंदा जीएम ला दूं मनजीत सिंह जी के वापस आते हैं
ਕਹਿੰਦੇ ਨੇ ਇਹਨੂੰ ਵਾਪਸ ਲਾਉਣਾ। ਮੈਂ ਕਿਹਾ ਕਿਸੇ ਸੂਰਤ ਨਹੀਂ ਲਾਕਰ ਨਹੀਂ, ਇਸ ਦਾ ਮੋਸਟ ਕਰਪਟ ਪਰਸਨ। ਉਹਦੇ ਵਾਸਤੇ ਜਨਰਲ ਇਜਲਾਸ ਬੁਲਾਉਂਦੇ ਨੇ ਮਨਜੀਤ ਸਿੰਘ ਜੀ ਕੇ, ਜਨਰਲ ਇਜਲਾਸ ਬੁਲਾ ਕੇ ਮੇਰੀ ਪਾਵਰ ਵਾਪਸ ਲੈ ਜਾਏ ਕਿ ਮਨਜੀਤ ਸਿਰਸੇ ਕੋਈ ਪਾਵਰ ਨਹੀਂ, ਅੱਜ ਤੋਂ ਬਾਅਦ ਜੋ ਪ੍ਰਧਾਨ ਕਰੇਗਾ ਉਹ ਕਰੇਗਾ ਔਰ ਸੂਬੇਦਾਰ ਜੀਐਮ ਰਹੇਗਾ। ਇਹ ਤੁਸੀਂ ਪੁੱਛ ਲਓ, ਇਹ ਕੰਮ ਕੀਤਾ। ਚਲੋ ਹੁਣ ਕੀ ਹੁੰਦਾ ਕਿ ਜਦੋਂ ਇਹ ਖੁਲਾਸਾ ਹੁੰਦਾ ਹੈ ਉਹਦੇ ਮਾਧਿਅਮ ਤੋਂ ਕਾਗਜ਼ ਬਾਹਰ ਆ ਕੇ ਆਉਂਦੇ ਨੇ ਔਰ ਸ਼ੰਤੀ ਦਾ ਖੁਲਾਸਾ ਕਰਦਾ ਹੈ, ਮੈਂ ਅਗਲੇ ਦਿਨ ਕਹਿ ਦਿੰਦਾ ਕਿ ਜਾਂ ਹੁਣ ਮਨਜੀਤ ਸਿੰਘ ਜੀ ਕੋਲ ਪਬਲਿਕ ਜਾ ਕੇ ਸਪਸ਼ਟੀਕਰਨ ਦੇਵੇ, ਨਹੀਂ ਤਾਂ ਦਿੱਲੀ ਕਮੇਟੀ 'ਚ ਨਹੀਂ ਰਹਿ ਸਕਦਾ, ਨਹੀਂ ਤਾਂ ਮੈਂ ਛੱਡ ਕੇ ਚੱਲਿਆ। ਮਨਜੀਤ ਸਿੰਘ ਜੀ ਕੇ ਕਹਿੰਦਾ ਜੀ ਮੈਂ ਜਾ ਰਿਹਾ ਥੋੜੇ ਦਿਨ ਵਾਸਤੇ ਵਿਆਹ 'ਤੇ ਔਰ ਉੱਥੋਂ ਆ ਕੇ ਮੈਂ ਆਪਣੀ ਸਾਰੀਆਂ ਸਫਾਈਆਂ ਦਊਂਗਾ। ਮਨਜੀਤ ਸਿੰਘ ਜੀ ਕੇ ਉੱਥੋਂ ਵਿਆਹ ਤੋਂ ਵਾਪਸ ਆ ਜਾਂਦੇ ਨੇ, ਆ ਕੇ ਤਾਂ ਦਿੱਲੀ ਕਮੇਟੀ ਜੁਆਇਨ ਕਰ ਲੈਂਦੇ ਨੇ, ਕੋਈ ਸਫਾਈ ਸੰਗਤ ਨਹੀਂ ਦਿੰਦੇ। ਤੁਸੀਂ ਸਰ ਕੀਰਤ ਜੀ ਆ ਮੇਰੀ ਗੂਗਲ ਕਰਕੇ ਮੇਰੀ ਖਬਰ ਪੜ੍ਹ ਲਿਓ ਜੀ, ਮੈਂ ਅਗਲੇ ਦਿਨ ਰਿਜ਼ਾਈਨ, ਮੈਂ ਅਗਲੇ ਦਿਨ ਕਮੇਟੀ ਛੱਡ ਦਿੰਦਾ। ਮੈਂ ਕਹਿੰਦਾ ਮੈਂ ਇਸ ਕਰਪਟ ਬੰਦੇ ਨਾਲ ਨਹੀਂ ਬੈਠੂੰਗਾ, ਸੰਗਤ ਤੋਂ ਜਵਾਬ ਦੇਵੇ, ਜਨਤਾ ਹੀ ਸੰਗਤ। ਮੈਂ ਪਬਲਿਕ 'ਚ ਨਹੀਂ ਕੋਈ ਗੱਲ ਬੋਲਦਾ, ਮੈਂ ਆਪਣੀ ਪਾਰਟੀ 'ਚ ਗੱਲ ਬੋਲਦਾ, ਸਾਰੇ ਮੈਂਬਰਾਂ 'ਚ ਬਿਠਾ ਕੇ ਬੋਲਦਾ। ਮੈਂ ਕਿਹਾ ਮੈਂ ਨਹੀਂ ਕਰੂੰਗਾ। ਮਨਜੀਤ ਸਿੰਘ ਜੀ ਕਹਿੰਦਾ ਮੈਂ ਨਹੀਂ ਬੈਠੂੰਗਾ। ਮਨਜੀਤ ਸਿੰਘ ਜੀ ਕੇ ਇਮੀਡੀਏਟਲੀ ਸੁਖਬੀਰ ਸਿੰਘ ਬਾਦਲ ਦੇ ਘਰ ਜਾਂਦੇ ਨੇ, ਉੱਥੇ ਆ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਮੇਰੇ 'ਤੇ ਆ ਸਿਰਸੇ ਨੇ ਕਮੇਟੀ ਛੱਡਤੀ ਆ, ਮੇਰੇ ਲਈ ਬੜੀਆਂ ਮੁਸੀਬਤਾਂ ਬਣ ਜਾਣਗੀਆਂ, ਤੁਸੀਂ ਕੋਈ ਵਾਪਸ ਆ ਗਏ। ਮੈਂ ਕਿਹਾ ਜੀ ਮੈਂ ਵਾਪਸ ਨਹੀਂ ਆਊਂਗਾ, ਜਾਂ ਤਾਂ ਸਫਾਈ ਦੇਵੇ। ਉਹਦੇ ਵਾਸਤੇ ਉਸੇ ਨੇ ਤੈਅ ਕੀਤਾ ਗਿਆ ਕਿ ਠੀਕ ਆ, ਤਿੰਨ ਬੰਦਿਆਂ ਨੂੰ ਇਹ ਸਾਰੇ ਕਾਗਜ਼ ਔਰ ਸਾਰੀ ਸਫਾਈ ਔਰ ਸਾਰੇ ਪੇਸ਼ ਕਰੂਗਾ ਔਰ ਇਨ ਦੀ ਮੀਨ ਟਾਈਮ ਆ ਤਿੰਨ ਬੰਦਿਆਂ ਦੀ ਕਮੇਟੀ ਬਣਾਈ ਜਾਂਦੀ ਆ। ਮਨਜੀਤ ਸਿੰਘ ਜੀ ਕੇ ਤੂੰ ਕਮੇਟੀ ਤੋਂ ਦੂਰ ਰਹੇਗਾ। ਮਨਜੀਤ ਸਿੰਘ ਜੀ ਕੇ ਨੂੰ ਕਮੇਟੀ ਤੋਂ ਹਟਾਇਆ ਜਾਂਦਾ, ਜਦੋਂ ਮਨਜੀਤ ਸਿੰਘ ਜੀ ਕੇ ਫਿਰ ਵੀ ਨਹੀਂ ਸਫਾਈ ਦੇ ਪਾਉਂਦਾ ਔਰ ਅਲਟੀਮੇਟਲੀ ਕੋਰਟ ਮੁਕੱਦਮਾ ਹੀ ਦਰਜ ਕਰਾ ਦਿੰਦੀ ਆ, ਫਿਰ ਇਹਨੂੰ ਕਿਹਾ ਜਾਂਦਾ ਹੁਣ ਰਿਜ਼ਾਈਨ ਕਰ ਕਮੇਟੀ 'ਚੋਂ। ਫਿਰ ਸ਼ਾਮ ਨੂੰ ਰਿਜ਼ਾਈਨ ਵਾਸਤੇ ਬੁਲਾਇਆ ਜਾਂਦਾ ਹੈ। ਮਨਜੀਤ ਸਿੰਘ ਜੀ ਕੇ ਆਉਂਦੇ ਬੁਲਾਉਂਦੇ ਨੇ, ਅੰਦਰ ਆ ਕੇ ਕਹਿੰਦੇ ਨੇ ਮੈਂ ਰਿਜ਼ਾਈਨ ਨਹੀਂ ਕਰਦਾ ਯਾਰ, ਆਪਾਂ ਇਲੈਕਸ਼ਨ ਕਰਾ ਦਿੰਦੇ, ਮੇਰੀ ਬਦਨਾਮੀ ਹੋਊਗੀ, ਔਰ ਕਹਿ ਕੇ ਕਿ ਅਸੀਂ ਹੁਣ ਨਵੀਂ ਇਲੈਕਸ਼ਨ ਕਰਾ ਰਹੇ ਹਾਂ, ਬਾਹਰ ਆ ਜਾਂਦੇ ਨੇ। ਸ਼ਾਮ ਨੂੰ ਸੁਖਬੀਰ ਸਿੰਘ ਬਾਦਲ ਦਾ ਫੋਨ ਆ ਜਾਂਦਾ ਕਿ ਤੁਸੀਂ, ਮੈਂ ਜਦੋਂ ਤੁਹਾਨੂੰ ਕਿਹਾ ਸੀਗਾ ਇਹ ਲਾਂਛਣ ਸਾਡੇ 'ਤੇ ਲੱਗਦਾ ਪਿਆ ਹੈ, ਜਾਂ ਤਾਂ ਤੁਸੀਂ ਰਿਜ਼ਾਈਨ ਕਰੋ ਸਾਰੇ ਕਮੇਟੀ 'ਚੋਂ, ਨਹੀਂ ਤਾਂ ਮੈਂ ਕਹਿਣ ਲੱਗਾ ਕਿ ਤੁਸੀਂ ਕਮੇਟੀ 'ਚੋਂ ਬਾਹਰ ਕੱਢੇ ਜਾ ਰਹੇ। ਫਿਰ ਮਨਜੀਤ ਸਿੰਘ ਜੀ ਕੇ ਰਾਤ ਨੂੰ ਮੇਰੇ ਘਰ ਫਟਾਫਟ ਸਭ ਦੇ ਰਿਜ਼ਾਈਨ ਇਕੱਠੇ ਕਰਕੇ ਭੇਜਦੇ ਨੇ। ਸੋ ਜਿੱਦਾਂ ਮੇਰੀ ਜਾਣਕਾਰੀ 'ਚ ਆਇਆ ਮੈਂ ਬਿਲਕੁਲ ਬੇਬਾਕ ਹੋ ਕੇ ਉੱਚੀ ਗਿਆ। ਮੈਂ ਕਿਹਾ ਮੈਂ ਖੜਾ ਨਹੀਂ ਹੋ ਸਕਦਾ ਇਸ ਬੰਦੇ ਨਾਲ। ਹਰਕਿਰਤ ਜੀ ਲੋਕ ਮੇਰੇ ਬਾਰੇ 'ਚ ਦਿੱਲੀ 'ਚ ਜਾਣਦੇ ਨੇ, ਦੇਸ਼ ਜਾਣਦੇ ਨੇ, ਪਰਮਾਤਮਾ ਦੀ ਅਪਾਰ ਬਖਸ਼ਿਸ਼ ਤੇ ਰਹਿਮਤ ਆ ਮੇਰੇ 'ਤੇ ਔਰ ਮੈਂ ਆਪਣੇ ਮੂੰਹ ਗੱਲਾਂ ਕਰਦਾ ਅੱਛਾ ਨਹੀਂ ਲੱਗਦਾ, ਆਪਣੀ ਕੋਈ ਗੱਲ ਕੱਢਦਾ, ਪਰ ਮੈਨੂੰ ਲੋਕਾਂ ਨੂੰ ਮੇਰਾ ਫਾਈਨੈਂਸ਼ੀਅਲ ਸਟੇਟਸ ਵੀ ਪਤਾ। ਮੈਂ ਇਕੱਲਾ MLA ਹਾਂ ਜਿਹੜਾ ਰਿਚੈਸਟ MLA ਰਿਹਾ, ਮੈਂ 5 ਸਾਲ ਜਿੰਨੇ ਸਾਲ MLA ਰਿਹਾ ਜਿੰਨੀਆਂ ਇਲੈਕਸ਼ਨਾਂ ਲੜੀਆਂ ਅੱਜ ਤੱਕ ਦਾ ਰਿਚੈਸਟ MLA ਇਲੈਕਸ਼ਨ ਲੜੀਆਂ। ਮੈਂ ਇਕੱਲਾ ਟੈਕਸ ਪੇਅਰ ਹਾਂ ਜਿਹੜਾ ਦਿੱਲੀ ਦੇ ਅੰਦਰ ਸਭ ਤੋਂ ਦਾ ਟੈਕਸ ਪੇਅਰ ਹਾਂ। ਮੈਨੂੰ ਆਪਣੇ ਮੈਂ ਕਹਿਣਾ ਚਾਹੁੰਦਾ ਕਿ ਮੈਨੂੰ ਆਪਣੇ ਮੂੰਹ ਗੱਲਾਂ ਕਰਦਾ, ਮੈਂ ਸ਼ੋਭਾ ਨਹੀਂ ਕਰਦਾ, ਔਰ ਮਨਜੀਤ ਸਿੰਘ ਜੀਕੇ ਜੀ ਦਾ ਘਰ ਕਿਵੇਂ ਚੱਲਦਾ ਰਿਹਾ ਇੱਕ ਵਾਰੀ ਤੁਸੀਂ ਉਹਨੂੰ ਲਾਈਨ 'ਤੇ ਲਓ। ਮੈਂ ਉਹਨਾਂ ਦੇ ਪਿੱਠ ਪਿੱਛੇ ਨਹੀਂ ਕਹੂੰਗਾ, ਪਰ ਮੈਂ ਉਹਨਾਂ ਦੇ ਮੂੰਹ 'ਤੇ ਦੱਸੂਗਾ ਕਿ ਕਿਸ ਤਰ੍ਹਾਂ ਉਹਦਾ ਘਰ ਚਲਾਉਣ ਵਾਸਤੇ ਉਹ ਮੇਰੇ ਤੋਂ ਪੈਸੇ ਖੜਦੇ ਰਹੇ ਨੇ। ਅਮਾਊਂਟ ਮੈਂ ਨਹੀਂ ਬੋਲਦਾ ਚੰਗਾ ਲੱਗਦਾ, ਬੋਲੂੰਗਾ ਜੇ ਤੁਸੀਂ ਮਨਜੀਤ ਜੀ ਨੂੰ ਲਾਈਨ 'ਤੇ ਲਓਗੇ। ਮੈਂ ਇਹ ਵੀ ਦੱਸੂੰਗਾ ਕਿ ਇਹ ਆਪਣੇ ਘਰ ਚਲਾਉਣ ਵਾਸਤੇ ਕਿਵੇਂ ਮੇਰੇ ਤੋਂ ਪੈਸੇ ਲੈਂਦੇ ਰਹੇ ਨੇ। ਪਰਸੋਂ ਗੁਰੂ ਸਾਹਿਬ ਦੀ ਬੜੀ ਰਹਿਮਤ ਬਖਸ਼ਿਸ਼ ਆ, ਮੈਂ ਨਾਗ ਸੱਪ ਵਰਗ ਦੇ ਉੱਤੇ ਬੈਠਾ ਹਾਂ। ਇਹੀ ਕਾਰਨ ਆ ਕਿ ਜਦੋਂ ਜੀਕੇ ਸਾਹਿਬ ਬਾਹਰ ਹੋ ਜਾਂਦੇ ਨੇ ਸੰਗਤਾਂ ਦਾ ਗੁਰੂ ਘਰਾਂ 'ਤੇ ਵਿਸ਼ਵਾਸ ਆ ਔਰ ਗੁਰੂ ਸਾਹਿਬ ਨੂੰ ਅਥਾਹ ਮਾਇਆ ਦਿੱਤੀ ਆ ਔਰ ਅਸੀਂ ਔਨਲਾਈਨ ਜਾ ਕੇ ਸਾਹਮਣੇ ਗੁਰੂ ਘਰ ਦਾ ਨਾਮ ਬੋਲ ਬੰਗਲਾ ਸਾਹਿਬ ਖੜੇ ਹੋ ਕੇ ਸਭ ਦਾ ਨਾਮ ਲੈ ਕੇ ਦੱਸਦੇ ਹਾਂ ਇਹ ਆ ਮਾਇਆ ਇੱਥੋਂ ਆਈ ਹੈ, ਕਿਉਂਕਿ ਛੁਪਾਉਣ ਵਾਲਾ ਕੋਈ ਕੰਮ ਨਹੀਂ ਹੈਗਾ। ਠੀਕ ਹੈ, ਕਹਿੰਦੇ ਕਿ ਤੁਹਾਡੀ ਬੜੀ ਨੇੜਤਾ ਹੈਗੀ ਆ ਹਾਈ ਕਮਾਨ ਦੇ ਨਾਲ। ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਚੋਣਾਂ ਹੁੰਦੀਆਂ ਹਨ 2014 ਦੇ ਵਿੱਚ ਔਰ 2019 ਦੇ ਵਿੱਚ, ਬਕਾਇਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਵਹੀਕਲਸ ਨੇ, ਪਰਸਨਲ ਵਹੀਕਲਸ ਨੇ ਔਰ ਸਟਾਫ ਹੈਗਾ ਉਹਦੀ ਵਰਤੋਂ ਹੁੰਦੀ ਹੈ, ਅਤੇ ਨਾਲ ਜਿਹੜਾ ਬਕਾਇਦਾ ਉਹਨਾਂ ਦੀ ਟੀਮ ਆ ਕੇ ਹੋਟਲ ਦੇ ਵਿੱਚ ਰੁਕਦੀ ਹੈ, ਉਹਦੇ ਵੀ ਬਿੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਗੋਲਕ ਤੋਂ ਦਿੱਤੇ ਜਾਂਦੇ ਹਨ, ਇਹ ਵੀ ਇਲਜ਼ਾਮ ਤੁਹਾਡੇ ਉੱਤੇ ਨੇ। ਨਹੀਂ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਹੀ ਪ੍ਰਧਾਨ ਰਹੇ ਨੇ ਨਾ। ਮੈਂ ਤਾਂ ਕਹਿੰਦਾ, ਮੈਂ ਤਾਂ ਅੱਜ ਵੀ ਨਹੀਂ ਕਹਿੰਦਾ ਕਿ ਮੇਰੀ ਕੋਈ ਉਦੋਂ ਵੀ ਮਜਬੂਰੀ ਨਹੀਂ ਸੀ, ਨਾ ਕਦੀ ਅੱਜ ਤੱਕ ਸੁਖਬੀਰ ਸਿੰਘ ਬਾਦਲ ਦੀ ਕਿਸੇ ਇਲੈਕਸ਼ਨ ਅੰਦਰ, ਨਾ ਹਰਸਿਮਰਤ ਕੌਰ ਬਾਦਲ ਇਲੈਕਸ਼ਨ ਅੰਦਰ ਦਿੱਲੀ ਕਮੇਟੀ ਦਾ ਹੀ ਕੋਈ ਗੱਡੀ ਗਈ ਆ, ਨਾ ਕੋਈ ਹੋਟਲ ਹੋਟਲ 'ਚ ਉੱਥੇ ਉੱਥੇ ਰੁਕਣਗੇ ਨਾ ਲੋਕ ਜਾ ਕੇ ਜਿੱਥੇ ਰੁਕਣਗੇ। ਪਹਿਲੀ ਇਲੈਕਸ਼ਨ 2014 ਦੀ ਇਲੈਕਸ਼ਨ ਸੀਗੀ, ਉਸ ਇਲੈਕਸ਼ਨ ਅੰਦਰ ਸਰਦਾਰ ਸਰਾਂ ਸਾਹਿਬ ਸੀਗੇ, ਉਹਨਾਂ ਦਾ ਹੋਟਲ ਆ, ਉਹਨਾਂ ਨੇ ਸਭ ਨੂੰ ਉੱਥੇ ਠਹਿਰਾਇਆ, ਇੱਕ ਰੁਪਿਆ ਸਾਡੇ ਤੋਂ ਲਿਆ ਨਹੀਂ, ਅਸੀਂ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਸਰਦਾਰ ਸਰਾਂ ਸਾਹਿਬ ਦਾ ਔਰ ਸਾਰੇ ਉਹਨਾਂ ਨੂੰ ਜਾਣਦੇ ਨੇ ਬਠਿੰਡੇ ਦੇ ਅੰਦਰ। ਔਰ ਦੂਜੀ ਗੱਲ, ਮਨਜੀਤ ਸਿੰਘ ਜੀ ਕੇ ਉਸ ਵੇਲੇ ਦਿੱਲੀ ਕਮੇਟੀ ਦੇ ਪ੍ਰਧਾਨ ਸੀ। ਮੈਂ ਫਿਰ ਤੁਹਾਨੂੰ ਇਹ ਗੱਲ ਯਾਦ ਕਰਾਉਣੀ ਬੜੀ ਜ਼ਰੂਰੀ ਆ, ਇਹ ਦਿੱਲੀ ਕਮੇਟੀ ਦੇ ਅੰਦਰ ਪ੍ਰਧਾਨ ਔਰ 70 ਦੇ ਸਾਈਨ ਤੋਂ ਬਿਨਾਂ ਕੋਈ ਪੈਸਾ ਨਹੀਂ ਨਿਕਲ ਸਕਦਾ। ਸੋ ਬੜਾ ਅੱਛਾ ਹੋਊਗਾ ਕਿ ਮਨਜੀਤ ਸਿੰਘ ਜੀ ਕੇ ਸੰਗਤ ਨੂੰ ਆ ਕੇ ਦੱਸਣ ਕਿ ਇਹ ਮਨਜਿੰਦਰ ਸਿੰਘ ਸਿਰਸੇ ਨੇ ਗਲਤ ਕੰਮ ਕੀਤਾ, ਫਿਰ ਦੂਜੇ ਸਾਈਨ ਉਹਦੇ ਨੇ ਕਿਹਨੇ ਕੀਤੇ ਅਗਰ ਮੈਂ ਗਲਤ ਕੀਤਾ, ਉਹ ਕਾਗਜ਼ ਲਿਆ ਕੇ ਦੇਣ। ਇੱਕ ਦਿੱਲੀ ਕਮੇਟੀ ਦਾ ਹਿਸਾਬ ਆ, ਸਾਹਮਣੇ ਆ ਜੂ, ਉਹ ਪ੍ਰਧਾਨ ਰਹੇ ਨੇ। ਅੱਛਾ, ਜੋ ਕਹਿੰਦੇ ਨੇ ਉਹਨਾਂ ਨੂੰ ਕਾਗਜ਼ ਨਹੀਂ ਮਿਲਦਾ ਪਿਆ ਕਿਉਂਕਿ ਇਸ ਵੇਲੇ ਪ੍ਰਧਾਨ ਨਹੀਂ ਹੈਗੇ, ਉਹ ਮੈਨੂੰ ਤਰੀਕ ਦੱਸ ਦੇਣ ਜੀ ਇਸ ਤਰੀਕ ਦਾ ਹਿਸਾਬ ਕੱਢ ਕੇ।
कई सारे होर भी सिरसा जी सवाल ने उन्हां दे उत्ते जिहड़े स्पष्टीकरण जरूर बनते हैं और अज जिहड़े सवाल असी अपने दर्शकों के कोल लैके जा रहे हैं उन्हां नूं भी इन्हां सवालों के उत्ते स्पष्टीकरण जरूर चाहिए। फिलहाल एक ब्रेक लई रुक रहे हैं, मिलते हैं ब्रेक तो बाद। ब्रेक तो बाद स्वागत है। कई सारे सवालों के उत्ते स्पष्टीकरण दे रहे हैं मनजिंदर सिंह सिरसा, दिल्ली सिख गुरुद्वारा प्रबंधक कमेटी के प्रधान। सिरसा जी, सारिया गल्लां हो गई, हुण फरवरी के चोणां हन, तो सब तो पहला मैं तुहानूं पुछना चाहवांगा कि इलैक्शन होनी चाहिए है कि सिलैक्शन होनी चाहिए है? नहीं देखो, असं अज कि तय कर सकते हैं कि सिलैक्शन होनी चाहिए, क्योंकि इतने देखो दिल्ली के अंदर देश के अंदर आप कल है जिन्होंने डेमोक्रेसी का राइट मिले है और संगत का हक का हकूक है, उन्होंने राइट आ क्योंकि ठीक समय से बिठाने वास्ते। मैं दो चुनाव लड़े सरदार परमजीत सिंह सरना के खिलाफ और दोवें वारा संगत ने उन्होंने जमानत जब्त करा के मैं मौका दिता, तो फिर ये सिलैक्शन तो कभी भी नहीं हो सकूगी, तो संगत ने डिसाइड करना ना कौन बनाना चाहिए, एक गल। बाकी देखो जी जो जो एक्ट बने ने यह भी संगत ने बनाए ने, जो संगत कल कुछ होर तय करूगी वो भी सानू मनना चाहिए। ठीक है सिरसा जी, हुण तुसी खुद आप क्या कि परमजीत सिंह सरना मनजीत सिंह जी के दोवें इकट्ठे हो चुके हैं, जिते दूजे पासे मनजीत सिंह जी के होर ने जागो पार्टी होने के लैके आए हैं, तो उत्थे परमजीत सिंह सरना श्रोमणी अकाली दल दिल्ली, तो दोवां दे वजूद ने दिल्ली दे विच, सो तुहाड़ी पार्टी की रणनीति किवें होगी फरवरी दे विच और की तुहाड़ा रोड मैप हैगा इस बार चोणां दे विच, की कुछ मसले तुसी संगत की कचहरी दे विच लैके जाओगे और जिहड़े काम रुके हुए ने उहदे विच सब तो वड्डा जिहड़ा मसला हैगा बाला साहब होस्पिटल का, की थोड़ा रोड मैप है, की थोड़ा स्टैंड है? देखो पहला सर कीरत जी, मैं तुहानू पुछना चाहुंदा, तुसी सिखां नू रिप्रेजेंट कर रहे, सिख तुसी भी जी जी, तुसी मैनूं दस्सो कोविड दे दौरान तुसी दिल्ली सिख गुरुद्वारा मैनेजमेंट कमेटी दी वाहवाही हुंदी देखी कि नहीं देखी जी? प्रबंधक कमेटी का बंगला साहब का बकायदा असीं प्रोग्राम भी किया और साडे लई माण वाली गल है, वह एफर्ट सानू करने भी चाहिए हैं, तुम एज एन प्रेजिडेंट तुहाडी जिम्मेवारी भी है और तुहाडी जिम्मेवारी बनती भी है कि तुम अजिहे एफर्ट्स करो और सिखां दा बोलबाला दिल्ली दे विच नहीं बकायदा विश्व दे विच करो। पर मैं हुण इत्थे आ रहा कि तुहाडा रोड मैप की है, कहा जाता है कि श्रोमणी अकाली दल बादल तुहाडी पार्टी जिहड़ी हैगी है उन्हूं दिल्ली की संगत हुण नकारेगी, क्योंकि जिस तरीके के हालात पंजाब दे विच बने हन, जिस तरीके का सिखी का कानून उन्होंने पंजाब दे विच कीता, तुसी उसी पार्टी नूं रीप्रजेंट कर दिओ, दिल्ली की संगत दे विच की मसले लैके जाओगे जिन्हों पंजाब दे विच नकारिया जा चुकिया है? यह बकायदा दोवें पार्टी के जिहड़े साबका प्रधान ने, जिहड़े दिल्ली सिख गुरुद्वारा कमेटी के साबका प्रधान ने, दोवें पार्टियां के जिहड़े प्रेजिडेंट ने, वो उन्होंने गल कही है? देखो पहला मैं सब तो वड्डी गल तो अच्छे सामने तुम खुद ही कहते, मैं कहने की लड़ नहीं जी, तुम सरदार मनजीत सिंह जी के और सरदार परमजीत सिंह सरना का किरदार और उन्हों का इखलाक देख लो की आ। अज तो 10 महीने पहला सरना साहब कहते मनजीत तो वड्डा चोर कोई नहीं, मैं नहीं कहता सी जी, मैं तो पार्टी से ना, मैं परमजीत सिंह सरना जी की गल कर रहा है, वह प्रेस कॉन्फ्रेंस करके कहते मनजीत सिंह जी के चोर आ, फिर उन्होंने उन्होंने पिता जी के बारे भी बहुत कुछ बोलिया, मैं सत्कारी मैं किसी के खिलाफ नहीं बोलता और मनजीत सिंह जी के जी ने कोई गल परमजीत सिंह सरना की हॉस्पिटल तो लैके चोरिया तुम देख लो। अच्छा दिल्ली के अंदर नहीं देश के अंदर केवल दो ही प्रधान ने दोवां से कोर्ट में मुकदमा दर्ज कराया, परमजीत सिंह सरना से हॉस्पिटल वेचण का, इंजीनियरिंग कॉलेज नकली कागज बनाने का, मनजीत सिंह जी के गोरज के पैसे खाने का, दो ही बंदे ने दोवें एक दूजे चोर कहते यार। मैं ये तो पूछना चाहना जी, आप सिख सियासत है ये सिख सियासत का मतलब की आ, गुरु घर की सेवा है, फिर तुम एक गल दसो थोड़ा कि इखलाक है जिन्हें तुम कह रहे जी कि हमने चंगा हो गया दुध धोता हो गया सरदार परमजीत सिंह साहब ने संगत नहीं पुछोगी? तुम उन्होंने रोड मैप पूछा केवल और केवल अज दिल्ली सिख गुरुद्वारा मैनेजमेंट कमेटी देश की पहली ऐसी कमेटी आ जिसके को सब तो वड्डा डिजिटल प्लेटफॉर्म आ जिथे अपने सिख प्यार गुरु साहिबाना दिन सब तो वड्डा प्रचार और प्रसार का माध्यम दिल्ली सिख गुरुद्वारा मैनेजमेंट कमेटी ने खड़ा किया। दिल्ली कमेटी ने पिछले मैं जिन्होंने दसा कि रिकॉर्ड तोड़िया गल करके कि अपने टीचरों के वास्ते भी हूं तक 25 करोड़ तो ज्यादा इस गुरु घर दिन सेवावान चो जिन्हें कभी तनखाह नहीं दे पा रहे थे लैके आता है। जो भी देश कि आवाज उठती है वह कोई किसी तक गल हो रही है सिखी की, उस दिल्ली सिख गुरुद्वारा मैनेजमेंट कमेटी वाल लोग तकते हैं और दिल्ली सिख गुरुद्वारा जरूर करते हैं बार के जो सिख डायस्पोरा साडा हैगा कि इन्ना थोड़ा पार्टी दे विच केंद्र सरकार दे विच तुहाडी भाईवाल हैगी है, नेड़ता हैगी तुहाडी बीजेपी दे नाल, ते क्यों नहीं अज असी आर्टिकल 25 बी दे विच अमेंडमेंट कराउण दे विच कामयाब होए और
ਐਨਡੀਏ ਦੇ ਨਾਲ ਤੁਹਾਡਾ ਅਲਾਇੰਸ ਹੈਗਾ ਔਰ ਇੰਨੀ ਮੈਜੋਰਿਟੀ ਦੇ ਵਿੱਚ ਐਨਡੀਏ ਹੈਗੀ ਤਾਂ ਕਿਉਂ ਨਹੀਂ ਤੁਹਾਡੀ ਐਨਡੀਏ ਗੱਲ ਮੰਨਦੀ? ਅੱਜ ਵੀ ਕਿਹਾ ਜਾਂਦਾ ਕਿ ਅਸੀਂ ਹਿੰਦੂ ਹੀ ਹੈਗੇ ਹਾਂ ਔਰ ਅਸੀਂ ਹਿੰਦੂ ਦਾ ਹੀ ਪਾਰਟ ਹੈਗੇ ਹਾਂ, ਕਿਉਂ ਨਹੀਂ ਕਿਹਾ ਜਾਂਦਾ ਕਿ ਜਦ ਅਮੈਰੀਕਾ ਕੈਨੇਡਾ ਵਰਗੀ ਕੰਟਰੀਆਂ ਮੰਨਦੀਆਂ ਹਨ ਕਿ ਸਾਡੀ ਡਿਫਰੈਂਟ ਪ੍ਰੈਕਟਿਸ ਹੈਗੀ ਹੈ, ਵੀ ਹੈਵ ਫਰੀਡਮ ਆਫ ਯੂ ਨੋ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ, ਵੀ ਹੈਵ ਡਿਫਰੈਂਟ ਪ੍ਰੈਕਟਿਸ, ਸੋ ਕਿਉਂ ਨਹੀਂ ਅਸੀਂ ਕੋਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਇਸ ਗੱਲ ਨੂੰ ਕਰਵਾ ਪਾਉਂਦੇ? ਤੁਸੀਂ ਪ੍ਰੈਜ਼ੀਡੈਂਟ ਹੋ, ਬਕਾਇਦਾ ਤੁਹਾਡੀ ਨੇੜਤਾ ਵੀ ਹੈਗੀ ਬੀਜੇਪੀ ਦੇ ਨਾਲ, ਕਿਉਂ ਨਹੀਂ ਇਸ ਮੁੱਦੇ ਨੂੰ ਚੱਕਿਆ ਜਾਂਦਾ ਸਿਰਸਾ ਜੀ? ਪਹਿਲੀ ਗੱਲ ਤੇ ਕਹਿਣਾ ਝੂਠ ਆ ਕਿ ਮੇਰੀ ਨੇੜਤਾ ਹੈਗੀ ਬੀਜੇਪੀ ਨੇ, ਗੱਲ ਕਹਿਣਾ ਝੂਠ ਆ। ਮੇਰੇ ਅਲਾਇੰਸ ਪਾਰਟਨਰ ਨੇ, ਜਿਸ ਪਾਰਟੀ ਨੂੰ ਮੈਂ ਰਿਪ੍ਰੈਜ਼ੈਂਟ ਕਰਦਾ ਉਹਦੇ ਅਲਾਇੰਸ ਪਾਰਟਨਰ ਨੇ, ਅਲਾਇੰਸ ਪਾਰਟਨਰ ਹੋਣ ਦੇ ਨਾਤੇ ਸਾਡੇ ਵਾਸਤਾ, ਲੇਕਿਨ ਮੇਰੀ ਨੇੜਤਾ ਕੋਈ ਮੇਰੀ ਰਿਸ਼ਤੇਦਾਰੀ ਤੇ ਹੈ ਨੀ ਗੀ। ਇੱਕ ਗੱਲ, ਦੂਜੀ ਗੱਲ, ਮੈਂ ਇਕੱਲਾ MLA ਹਾਂ ਔਰ ਇਕੱਲਾ ਦਿੱਲੀ ਦਾ ਰਿਪ੍ਰੈਜ਼ੈਂਟੇਟਿਵ ਹਾਂ ਜਿਹਨੇ ਪਹਿਲੀ ਵਾਰ ਦੇਸ਼ ਦੇ ਅੰਦਰ ਆਵਾਜ਼ ਚੁੱਕੀ ਔਰ ਆਪਣੀ ਵਿਧਾਨ ਸਭਾ 'ਚ ਆਵਾਜ਼ ਚੁੱਕੀ ਕਿ ਸਾਡੇ ਸਿੱਖਾਂ ਦਾ ਸਾਨੂੰ ਵੱਖਰਾ ਰਾਈਟ ਹੋਣਾ ਚਾਹੀਦਾ। ਅਸੀਂ ਸਿੱਖ ਹਾਂ, ਅਸੀਂ ਹਿੰਦੂ ਨਹੀਂ ਹੈਗੇ, ਅਸੀਂ ਜੈਨੀ ਨਹੀਂ ਹੈਗੇ, ਅਸੀਂ ਬੋਧੀ ਨਹੀਂ ਹੈਗੇ, ਜਿਵੇਂ ਤੁਸੀਂ ਵੱਖਰੇ ਤੁਹਾਡੇ ਧਰਮ ਆ, ਇਸੇ ਤਰ੍ਹਾਂ ਸਾਡਾ ਵੱਖਰਾ ਧਰਮ ਆ। ਦੂਜੀ ਗੱਲ, ਮੇਰੇ ਤੋਂ ਪਹਿਲਾਂ ਪਰਮਜੀਤ ਸਿੰਘ ਸਰਨਾ 15 ਸਾਲ ਪ੍ਰਧਾਨ ਰਹੇ ਨੇ, ਉਸ ਤੋਂ ਪਹਿਲਾਂ ਬਾਅਦ 'ਚ ਮਨਜੀਤ ਸਿੰਘ ਜੀ ਕੇ ਰਹੇ ਨੇ, ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਰਹੇ ਨੇ। ਅਗਰ ਉਹ ਸਾਰੇ ਨਹੀਂ ਕਰਾ ਪਾਏ ਤੇ ਫਿਰ ਮੇਰੇ ਕਹਿਣ ਤੇ, ਇਕੱਲੇ ਦੇ ਕਹਿਣ ਤੇ ਕੁਝ ਹੋ ਨਹੀਂ ਜਾਣਾ। ਇਹ ਲੜਾਈ ਜਿਹੜੀ ਆ ਉਹ ਕੋਈ ਅੱਜ ਦੀ ਨਹੀਂ ਹੈਗੀ, ਇਹ ਕੰਸਟੀਟਿਊਸ਼ਨ ਦੇ ਉੱਤੇ, ਸੰਵਿਧਾਨ ਦੇ ਅੰਦਰ, ਆਪਣੀ ਤਾਰਾ ਦੇ ਅੰਦਰ ਇੰਡੀਪੈਂਡੈਂਸ ਦੀ ਲੜਾਈ ਬਹੁਤ ਸਾਲਾਂ ਤੋਂ ਅਸੀਂ ਲੜਦੇ ਆ ਰਹੇ ਹਾਂ। ਯੂ ਥਿੰਕ ਇਟ ਇਜ਼ ਅ ਨੈਸ਼ਨਲ ਇਸ਼ੂ, ਸੋ ਵੀ ਨੀਡ ਐਵਰੀਵਨ? ਓਕੇ, ਲੈਟਸ ਕਮ ਟੂ ਦਿੱਲੀ। ਪੰਜਾਬੀ ਜਿਹੜੀ ਹੈਗੀ ਹੈ ਬਕਾਇਦਾ ਨੋਨ ਕੰਪਲਸਰੀ ਸਬਜੈਕਟ ਕਰ ਦਿੱਤਾ ਜਾਂਦਾ ਦਿੱਲੀ ਸਰਕਾਰ ਵੱਲੋਂ, ਉਹਦੇ ਉੱਤੇ ਐਜ਼ ਐਨ ਪ੍ਰੈਜ਼ੀਡੈਂਟ ਆਫ DSGMC ਕਿਵੇਂ ਤੁਸੀਂ ਆਪਣੀ ਇਸ ਆਵਾਜ਼ ਨੂੰ ਬੁਲੰਦ ਕਰੋਗੇ ਔਰ ਉਹਨੂੰ ਕੰਪਲਸਰੀ ਕਿਵੇਂ ਕਰਵਾਓਗੇ? ਕੀ ਤੁਹਾਡਾ ਰੋਡ ਮੈਪ ਇਸ ਦੇ ਉੱਤੇ? ਜੀ, ਮੈਂ ਹੀ ਇਸ ਗੱਲ ਦੀ ਆਵਾਜ਼ ਵੀ ਮੈਂ ਹੀ ਚੁੱਕੀ, ਵਿਧਾਨ ਸਭਾ ਦੇ ਅੰਦਰ ਵੀ ਚੁੱਕੀ ਤੇ ਵਿਧਾਨ ਸਭਾ ਦੇ ਬਾਹਰ ਵੀ ਚੁੱਕੀ। ਪਹਿਲੀ ਗੱਲ ਸਮਝ ਲਈਏ ਕਿ ਕੋਈ ਵੀ ਗੱਲ ਨੂੰ ਨਾ, ਅਰਕੀ ਜੀ, ਜਿਵੇਂ ਆਪਾਂ ਉੱਥੇ ਬੈਠੇ ਗੱਲ ਕਰਦੇ ਹਾਂ, ਕੋਈ ਵੀ ਗੱਲ ਨੂੰ ਕਰਾਉਣ ਵਾਸਤੇ ਹਰ ਚੀਜ਼ ਦੇ ਵਾਸਤੇ ਨੰਬਰ ਚਾਹੀਦੇ ਨੇ। ਮੈਂ ਵਿਧਾਨ ਸਭਾ 'ਚ ਇਕੱਲਾ ਮੈਂਬਰ ਸੀਗਾ, ਹੁਣ ਬਾਕੀ 59 ਮੈਂਬਰਾਂ ਦੇ ਨਾਲ 63 ਮੈਂਬਰਾਂ ਦੇ ਨਾਲ, ਮੇਰੀ ਇਕੱਲੇ ਦੀ ਗੱਲ ਨਹੀਂ ਮੰਨੀ ਜਾਊਗੀ, ਗੱਲ 'ਚ ਉਹਨਾਂ ਦੀ ਮੰਨੀ ਜਾਊਗੀ। ਮੈਂ ਤੇ ਆਪਣੀ ਆਵਾਜ਼ ਨੂੰ ਹੀ ਰੌਲਾ ਪਾ ਕੇ ਉੱਚੀ ਗੱਲ ਕਰ ਸਕਦਾ ਜਿਹੜੀ ਮੈਂ ਉਦੋਂ ਵੀ ਪਾਈ। ਫਿਰ ਸਿੱਖਾਂ ਦੇ ਉੱਤੇ ਇਸ਼ੂ ਦੇ ਉੱਤੇ ਪੰਜਾਬੀ ਟੀਚਰ ਰੱਖਿਆ ਜਾਵੇ, ਇਸ ਦੀ ਲੜਾਈ ਨੂੰ ਵੀ ਲੜਿਆ ਪੰਜਾਬੀ ਦੇ ਅੰਦਰ ਅੰਦਰ ਲੈ ਕੇ ਬਾਰ ਬਾਰ ਵਿਧਾਨ ਸਭਾ ਦੇ ਅੰਦਰ ਮੈਂ ਇਸ਼ੂ ਰੇਜ਼ ਕੀਤਾ ਕਿ ਤੁਸੀਂ ਇੰਨੇ ਸਾਡੇ ਨਾਲ ਜਾਤੇ ਕਿਉਂ ਕਰਦੇ, ਸਾਡਾ ਮੰਤਰੀ ਹਟਾਤਾ ਤੁਸੀਂ। ਦੇਖੋ, ਪਹਿਲਾਂ ਸਾਰੇ ਹਰ ਮਿਨਿਸਟਰ ਨੂੰ ਐਕਸਟੈਂਡ ਹੁੰਦਾ ਸੀ ਪੰਜਾਬੀ ਦਾ, ਇਹਨਾਂ ਨੇ ਉਹ ਹਟਾਤਾ। ਫਿਰ ਇਹਨਾਂ ਸਾਡਾ ਮਿਨਿਸਟਰ ਪੱਕਾ ਸੀ, ਅੱਜ ਤੱਕ ਕਦੇ ਸਿੱਖ ਮਿਨਿਸਟਰ ਨੂੰ ਹਟਾਇਆ ਨਹੀਂ ਗਿਆ ਸੀ, ਉਹ ਸਿੱਖ ਮਿਨਿਸਟਰ ਸਾਡਾ ਹਟਾ ਦਿੱਤਾ। ਅਸੀਂ ਤੇ ਆਪਣੀ ਲੜਾਈ ਲੜ ਕੇ ਰੌਲਾ ਹੀ ਪਾ ਸਕਦੇ ਹਾਂ ਜੀ। ਸੋ ਸਿਰਸਾ ਜੀ, ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਫਿਰ ਵਾਕਈ ਵਰਤੋਂ ਕਰਦੀ ਹੈ ਸਾਡੀ, ਔਰ ਜਦ ਉਹਨਾਂ ਦਾ ਕੰਮ ਪੂਰਾ ਹੋ ਜਾਂਦਾ, ਓਪਰਚੁਨਿਟਿਸਟ ਪਾਰਟੀ ਹੈਗੀ ਹੈ, ਕੰਮ ਪੂਰਾ ਹੋ ਗਿਆ ਤੇ ਹੁਣ ਸਾਨੂੰ ਕੀ ਲੈਣਾ ਦੇਣਾ? ਤੇ ਤੁਹਾਨੂੰ ਲੱਗਦਾ ਕਿ ਅੱਜ ਕੇਂਦਰ ਸਰਕਾਰ ਜਿਸ ਏਜੰਡੇ ਦੇ ਵੱਲ ਤੁਰ ਰਹੀ ਹੈ, ਹਿੰਦੂ ਰਾਸ਼ਟਰ ਏਜੰਡੇ ਦੇ ਵੱਲ, ਔਰ ਉਹਨੂੰ ਹਰ ਕੋਈ ਸਪੋਰਟ ਕਰ ਰਿਹਾ, ਸ਼੍ਰੋਮਣੀ ਅਕਾਲੀ ਦਲ ਬਾਦਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਜਿੰਦਰ ਸਿੰਘ ਸਿਰਸਾ, ਉਹਨਾਂ ਦਾ ਕੀ ਸਟੈਂਡ ਆ? ਮੈਂ ਤੁਹਾਡਾ ਸਟੈਂਡ ਪੁੱਛਣਾ ਚਾਹੁੰਦਾ ਇਸ ਦੇ ਉੱਤੇ, ਤੁਹਾਡੀ ਕੀ ਰਣਨੀਤੀ ਹੈਗੀ ਹੈ? ਕਿਉਂਕਿ ਅੱਜ ਬਾਹਰਲਾ ਸਿੱਖ, ਅੱਜ ਸਿੱਖ ਡਾਇਸਪੋਰਾ ਇਸ ਗੱਲ ਨੂੰ ਜ਼ਰੂਰ ਮੰਨਦਾ ਹੈ ਔਰ ਡਰਿਆ ਵੀ ਹੋਇਆ ਕਿ ਘੱਟ ਗਿਣਤੀ ਉੱਥੇ ਜਿਹੜੇ ਨੇ ਸੇਫ ਨਹੀਂ, ਤੁਸੀਂ ਰੀਪ੍ਰੈਜੈਂਟ ਕਰਦੇ ਹੋ ਔਰ ਵਾਕਈ ਉੱਥੇ ਹਿੰਦੂ ਰਾਸ਼ਟਰ ਏਜੰਡੇ ਦੀ ਗੱਲ ਹੋ ਰਹੀ ਹੈ, ਸਿੱਖਾਂ ਦੀ ਤਾਂ ਗੱਲ ਹੋ ਹੀ ਨਹੀਂ ਰਹੀ। ਦੇਖੋ, ਬਹੁਤ ਤੁਸੀਂ ਗੱਲ ਬੜੀ ਲੌਜਿਕ ਗੱਲ ਕਹੀ ਆ ਕਿ ਗੱਲ ਹੋ ਹੀ ਨਹੀਂ ਰਹੀ ਜੀ। ਬਿਲਕੁਲ ਠੀਕ ਆ ਤੁਸੀਂ ਅਰਿੰਦਰ, ਕੋਈ ਗਲਤ ਗੱਲ ਨਹੀਂ ਕਹੀ ਇੱਕ ਗੱਲ। ਦੂਜੀ ਗੱਲ, ਸਾਡਾ ਏਜੰਡਾ, ਸਾਡਾ ਸਟੈਂਡ ਕਿਉਂ, ਸਾਡਾ ਸਟੈਂਡ ਤੇ ਬੜਾ ਕਲੀਅਰ ਆ, ਇਹ ਇੱਕ ਸੈਕੂਲਰ ਕੰਟਰੀ ਆ ਜੀ। ਸੈਕੂਲਰ ਕੰਟਰੀ ਕਿਉਂ ਆ? ਕਿਉਂਕਿ ਜਦੋਂ ਪਾਕਿਸਤਾਨ ਦੀ ਡਿਵੀਜ਼ਨ ਹੁੰਦੀ ਆ ਤੇ ਕੇਵਲ ਇੱਕ ਕਾਮਨਵੈਲਥ ਕੰਟਰੀ ਬਣੀ ਸੀ, ਉਹ ਪਾਕਿਸਤਾਨ ਸੀ ਜਿਹੜੀ ਕਿ ਮੁਸਲਿਮ ਕੰਟਰੀ ਬਣੀ ਸੀ ਜੀ। ਬਾਕੀ ਕੰਟਰੀ ਜਿਹੜੀ ਸੀ ਉਹ ਸੈਕੂਲਰ ਸੀ, ਉਹਦੇ ਅੰਦਰ ਸਿੱਖ ਵੀ ਸੀ, ਉਹਦੇ ਅੰਦਰ ਹਿੰਦੂ ਵੀ ਸੀ, ਉਹਦੇ ਅੰਦਰ ਈਸਾਈ ਵੀ ਸੀ, ਉਹਦੇ ਅੰਦਰ ਬੋਧੀ ਵੀ ਸੀ, ਉਹਦੇ ਅੰਦਰ ਜੈਨੀ ਵੀ ਸੀ। ਅੱਜ ਅਗਰ ਕੋਈ ਪਾਰਟੀ ਕਹਿੰਦੀ ਆ ਕਿ ਇਹ ਕੇਵਲ ਇੱਕ ਮੁਲਕ ਵਾਸਤੇ, ਇੱਕ ਧਰਮ ਵਾਸਤੇ ਆ, ਉਹ ਉਹਦੀ ਬਿਲਕੁਲ ਹੀ ਜਾਤੀ ਵੀ ਆ ਤੇ ਧੱਕਾ ਵੀ ਹੈ ਜੀ। ਅਸੀਂ ਆਪਣੀ ਗੱਲ ਨੂੰ ਨਾ, ਕਦੀ ਅਸੀਂ ਇਸ ਗੱਲ ਦੇ ਏਜੰਡੇ ਦੇ ਉੱਤੇ, ਕੋਈ ਸਿੱਖ, ਮੈਂ ਨਹੀਂ, ਕੋਈ ਵੀ ਸਿੱਖ ਕਦੀ ਵੀ ਇਸ ਏਜੰਡੇ ਉੱਤੇ ਉਹਨਾਂ ਦੇ ਨਾਲ ਖੜਾ ਨਹੀਂ ਹੋ ਸਕਦਾ, ਨਾ ਹੀ ਖੜਾ ਹੋਏਗਾ। ਪਰ ਨਾਲ ਹੀ ਸਾਨੂੰ ਇਹ ਵੀ ਗੱਲ ਸਮਝਣ ਦੀ ਲੋੜ ਆ, ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਦੇ, ਨੰਬਰ ਭਾਵੇਂ ਸਾਡੇ ਘੱਟ ਨੇ ਪਰ ਸਾਡੀ ਇੰਪੋਰਟੈਂਸ ਜ਼ਿਆਦਾ ਇਸ ਕਰਕੇ ਆ ਕਿਉਂਕਿ ਵਿਦੇਸ਼ਾਂ ਜਿਹੜਾ ਤੁਸੀਂ ਗੱਲ ਕੀਤੀ ਆ, ਸਾਡਾ ਲੋਕ ਬੈਠੇ ਨੇ, ਉਹਨਾਂ ਦੀ ਵੈਲਿਊ ਆ, ਉਹਨਾਂ ਦੀ ਆਵਾਜ਼ ਦੀ ਤਾਕਤ ਆ, ਅਸੀਂ ਉਹਨਾਂ ਤੇ ਬਹੁਤ ਚੀਜ਼ਾਂ ਤੇ ਨਿਰਭਰ ਕਰਦੇ ਹਾਂ। ਭਾਵੇਂ ਚੁਰਾਸੀ ਦੀ ਲੜਾਈ ਲੜਨੀ ਹੋਵੇ, ਭਾਵੇਂ ਸਾਨੂੰ ਇਨਸਾਫ਼ ਦਿੱਲੀ ਦੇ ਲੋਕਾਂ ਨੂੰ ਦਵਾਉਣਾ ਹੋਵੇ, ਉਹ 'ਚ ਵੀ ਬਾਹਰ ਦੇ ਲੋਕਾਂ ਦਾ ਬਹੁਤ ਬੜਾ ਯੋਗਦਾਨ ਰਿਹਾ। ਇੱਕ ਇਹੀ ਕਾਰਨ ਆ ਕਿ ਜਦੋਂ ਵੀ ਕੋਈ ਸਿੱਖ ਇਸ਼ੂ ਖੜਾ ਹੁੰਦਾ ਹੈ ਤੇ ਹਰ ਸਰਕਾਰ ਨੂੰ ਪੱਤਾ ਪੈਣ ਦੀ ਪੈ ਜਾਂਦੀ ਕਿਉਂਕਿ ਵਰਲਡ ਵਾਈਡ ਸਿੱਖ ਇਕੱਠਾ ਹੋ ਕੇ ਲੜਾਈ ਲੜਦਾ ਹੈ। ਸੋ ਇਸ ਜਿਹੜੇ ਤੁਸੀਂ ਏਜੰਡਾ ਵੀ ਕਹਿ ਰਹੇ ਜੀ, ਉਹ ਖਾਲੀ ਸਾਡੀ ਇਕੱਲੇ ਲੜਾਈ ਨਹੀਂ, ਜਿਵੇਂ ਤੁਸੀਂ ਵਿਦੇਸ਼ਾਂ ਦੇ ਲੋਕ ਸਾਡਾ ਸਾਥ ਦਿੰਦੇ ਜੀ, ਅਸੀਂ ਸਾਰੇ ਇਕਜੁੱਟ ਹੋ ਕੇ ਲੜਾਈ ਲੜਾਂਗੇ। ਸਰ ਜੀ, ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਾਂਗੇ ਕਿ ਜਿਹੜੇ ਵੀ ਗੋਲਕ ਜਿਨ੍ਹਾਂ ਨੇ
ਤੁਸੀਂ ਮੈਸੇਜ ਦਿਆ ਕਰੋ ਭਾਵੇਂ ਫੇਸਬੁੱਕ ਦੇ ਰਾਹੀਂ ਭਾਵੇਂ ਤੁਸੀਂ ਇਸ ਮੰਚ ਦੇ ਉੱਤੇ ਆਓ ਪਰ ਤੁਸੀਂ ਜ਼ਰੂਰ ਦੱਸਿਆ ਕਰੋ ਕਿ ਇਹਨਾਂ ਨੇ ਇੰਨਾ ਪੈਸਾ ਖਾਧਾ ਸੀ ਅੱਜ ਇਹਨਾਂ ਦੇ ਨਾਲ ਇਹ ਹੋ ਰਿਹਾ ਕਿਉਂਕਿ ਇਹ ਪੈਸਾ ਜਿਹੜਾ ਹੈਗਾ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਦੇਖੋ ਤੁਸੀਂ ਮੈਨੂੰ ਅੱਜ ਸਵਾਲ ਕੀਤੇ ਮੈਂ ਤੁਹਾਨੂੰ ਜਵਾਬ ਦਿੱਤਾ ਪਰ ਮੈਂ ਤੁਹਾਨੂੰ ਇਹ ਬਿਲਕੁਲ ਕਲੀਅਰ ਕਹਿ ਦੇਣਾ ਚਾਹੁੰਦਾ ਮੈਂ ਨਾ ਕਦੀ ਇਹ ਗੱਲ ਕਰੂੰਗਾ ਨਾ ਮੈਂ ਕਦੀ ਫੇਸਬੁੱਕ ਤੇ ਪਾਊਂਗਾ ਦੇਖੋ ਆਪਣਾ ਢਿੱਡ ਨੰਗਾ ਕਰਨਾ ਕੋਈ ਸਿਆਣਪ ਨਹੀਂ ਹੈਗੀ ਜਿਨ੍ਹਾਂ ਨੇ ਪਾਪ ਕੀਤਾ ਪਾਪ ਦੀ ਸਜ਼ਾ ਮਿਲੂਗੀ ਕੋਰਟ ਅੰਦਰ ਕੇਸ ਆ ਮੈਂ ਉਹਨਾਂ ਦੀ ਕਮੇਟੀ ਉਹਨਾਂ ਦੀ ਜਾਇਦਾਦਾਂ ਦੇ ਵਾਸਤੇ ਵੀ ਕਿ ਉਹਨਾਂ ਨੂੰ ਅਟੈਚ ਕੀਤਾ ਜਾਵੇ ਮੈਂ ਕੋਰਟ 'ਚ ਜਾ ਰਿਹਾ ਲੇਕਿਨ ਅਸੀਂ ਰੋਜ਼ ਇਹ ਬੋਲ ਬੋਲ ਕੇ ਤੇ ਆਪਣੀ ਕਮਿਊਨਿਟੀ ਦਾ ਨੁਕਸਾਨ ਕਰੀਏ ਲੋਕਾਂ ਦੇ ਅੰਦਰ ਅੱਜ ਤੁਹਾਡਾ ਜਦੋਂ ਲੋਕ ਸੁਣਨਗੇ ਨਾ ਟੀ ਵੀ ਖਾਲੀ ਸਿੱਖ ਨਹੀਂ ਸੁਣਨਗੇ ਪੰਜਾਬੀ ਹਿੰਦੂ ਵੀ ਸੁਣਨਗੇ ਹੋਰ ਲੋਕ ਵੀ ਸੁਣਨਗੇ ਔਰ ਅਸੀਂ ਖੁਦ ਆਪਣੀ ਰੋਜ਼ ਬਦਨਾਮੀ ਕਰੀਏ ਤੁਸੀਂ ਮੈਨੂੰ ਸਵਾਲ ਪੁੱਛੇ ਮੈਂ ਜਵਾਬ ਨਾ ਦਿੰਦਾ ਚੰਗੀ ਗੱਲ ਨਹੀਂ ਸੀ ਲੋਕਾਂ ਕਹਿੰਦਾ ਸੀ ਕੁਛ ਪਾਉਂਦਾ ਪਿਆ ਇਸ ਕਰਕੇ ਮੈਂ ਜਵਾਬ ਦਿੱਤਾ ਪਰ ਮੈਂ ਤੁਹਾਨੂੰ ਬੜਾ ਕਲੀਅਰ ਕਹਿ ਦਵਾਂ ਸਰਸਾ ਜੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਇਹਦਾ ਜਵਾਬ ਜਿਹੜਾ ਹੈ ਕੋਰਟ ਵੀ ਦਊਗੀ ਤੇ ਗੁਰੂ ਸਾਹਿਬ ਵੀ ਦੇਣਗੇ ਅੱਗੇ ਅੱਗੇ ਬਾਹਰ ਕੱਢਿਆ ਨਾ ਦੇਖੋ ਕੀ ਹਾਲਾਤ ਬਣੇ ਤੁਸੀਂ ਅਮਰੀਕਾ 'ਚ ਦੇਖਿਆ ਕੀ ਹਾਲਾਤ ਬਣੇ ਇਹ ਗੁਰੂ ਸਾਹਿਬ ਵੀ ਜਵਾਬ ਦੇਣਗੇ ਔਰ ਲੋਕ ਵੀ ਜਵਾਬ ਦੇਣਗੇ ਪਰ ਅਸੀਂ ਜਿਹੜਾ ਇਹ ਗੁਰੂ ਘਰ ਦੀਆਂ ਬਦਨਾਮੀਆਂ ਵਾਸਤੇ ਅਸੀਂ ਰੋਜ਼ ਟੈਲੀਵਿਜ਼ਨਾਂ 'ਤੇ ਆਈਏ ਫੇਸਬੁੱਕਾਂ 'ਤੇ ਗੰਦ ਪਾਈਏ ਇਹ ਕੋਈ ਸਿਆਣਪ ਨਹੀਂ ਹੈਗੀ ਮੈਂ ਕਦੀ ਨਹੀਂ ਬੋਲਿਆ ਔਰ ਕਦੀ ਨਹੀਂ ਬੋਲਿਆ ਚਲੋ ਠੀਕ ਹੈ ਇਸ ਗੱਲ ਦੇ ਉੱਤੇ ਅਸੀਂ ਤੁਹਾਡਾ ਜ਼ਰੂਰ ਸਾਥ ਦਿੰਦੇ ਹਾਂ ਕਿ ਗੱਲ ਜਿਹੜੀ ਹੈਗੀ ਹੈ ਉਹ ਇਸ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ ਪਰ ਐਟਲੀਸਟ ਤੁਹਾਡਾ ਸਟੈਂਡ ਹੋਣਾ ਚਾਹੀਦਾ ਸੰਗਤ ਜ਼ਰੂਰ ਜਵਾਬ ਮੰਗਦੀ ਹੈ ਕਿਉਂਕਿ ਪੈਸਾ ਜਿਹੜਾ ਹੈਗਾ ਉਹ ਬਾਹਰਲੇ ਸਿੱਖਾਂ ਵੀ ਭੇਜਦੇ ਹਨ ਸਿੱਖ ਡਾਇਸਪੋਰਾ ਵੀ ਭੇਜਦੇ ਹਨ ਉਹਨੂੰ ਭੇਜਣਾ ਵੀ ਚਾਹੁੰਦੇ ਹਨ ਲੇਕਿਨ ਅੱਜ ਜਿਹੜਾ ਵਿਸ਼ਵਾਸ ਟੁੱਟ ਚੁੱਕਿਆ ਅੱਜ ਜਿਹੜਾ ਵਿਸ਼ਵਾਸ ਟੁੱਟ ਚੁੱਕਿਆ ਜੇ ਹੁਣ ਵਿਸ਼ਵਾਸ ਟੁੱਟਾ ਹੁੰਦਾ ਨਾ ਤੇ ਕੋਵਿਡ ਦੇ ਦੌਰਾਨ ਵੀ ਗੁਰੂ ਸਾਹਿਬ ਦੀ ਰਹਿਮਤ ਬਖਸ਼ੀ ਸਦਕੇ 40 ਕਰੋੜ ਰੁਪਇਆ ਸੰਗਤ ਨਾ ਭੇਜਦੀ ਅਗਰ ਵਿਸ਼ਵਾਸ ਉਦੋਂ ਟੁੱਟਾ ਸੀਗਾ ਲੇਕਿਨ ਅੱਜ ਸੰਗਤਾਂ ਦੇਖਦੀਆਂ ਨੇ ਅੱਜ ਪਹਿਲੀ ਕਮੇਟੀ ਆ ਜਿਹਦਾ ਹਰ ਹਿਸਾਬ ਆਨਲਾਈਨ ਪਾ ਦਿੱਤਾ ਗਿਆ ਹਰ ਰੋਜ਼ ਫੇਸਬੁੱਕ ਤੇ ਪੇਜ ਤੇ ਪਾਏ ਜਾਂਦੇ ਨੇ ਔਰ ਖਰਚੇ ਤੁਹਾਨੂੰ ਅਸੀਂ ਸਾਰੀ ਸੰਗਤ ਨੂੰ ਲਿਖ ਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਮੈਂ ਅਨਾਊਂਸ ਕਰਕੇ ਕਿੰਨਾ ਖਰਚਿਆਂ ਦੇ ਬਾਰੇ 'ਚ ਵੀ ਇਸ ਕਰਕੇ ਲੋਕਾਂ ਨੂੰ ਪਤਾ ਤਾਂ ਹੀ ਲੋਕ ਵਿਸ਼ਵਾਸ ਨਾ ਕਰਦੇ ਪਏ ਆ ਵਾਲੀਆ ਜੀ ਮੈਂ ਇੱਕ ਕਿਰੇ ਜੀ ਜਾਂਦੇ ਜਾਂਦੇ ਇੱਕ ਗੱਲ ਕਹਿਣੀ ਆ ਤੁਸੀਂ ਇਹਦੇ ਵਿਸ਼ਵਾਸ 'ਤੇ ਸਮਝ ਲਿਓ ਜੇ ਕਿ ਇਸ ਕੋਵਿਡ ਦੇ ਦੌਰਾਨ ਅਸੀਂ ਆਪਣਾ ਹੋਸਪਿਟਲ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਅੰਦਰ ਫ੍ਰੀ ਡਾਇਲਿਸਿਸ ਕਰਨ ਜਾ ਰਹੇ ਹਾਂ ਵੱਡੀਆਂ ਡਾਇਲਿਸਿਸ ਦੀਆਂ ਮਸ਼ੀਨਾਂ ਲੱਗ ਰਹੀਆਂ ਨੇ ਐਮ ਆਰ ਆਈ ਦੀਆਂ ਮਸ਼ੀਨਾਂ ਲੱਗ ਰਹੀਆਂ ਨੇ ਐਕਸ-ਰੇ ਦੀਆਂ ਮਸ਼ੀਨਾਂ ਲੱਗ ਰਹੀਆਂ ਨੇ ਅਲਟਰਾਸਾਊਂਡ ਸਭ ਲੋਕ ਕੰਟਰੀਬਿਊਟ ਕਰਦੇ ਪਏ ਨੇ ਲੋਕ ਵੱਧ ਵੱਧ ਕੇ ਆ ਰਹੇ ਨੇ ਲੋਕ ਸਾਨੂੰ ਸਾਥ ਦੇ ਰਹੇ ਨੇ ਸਾਡਾ ਕਿਉਂਕਿ ਇਹ ਗੁਰੂ ਘਰ ਦੀ ਇਮਾਨਦਾਰ ਕਮੇਟੀ ਆ ਔਰ ਕਿਉਂ ਆ ਮੇਰੇ ਤੇ ਮਾਲਕ ਦੀ ਬੜੀ ਰਹਿਮਤ ਔਰ ਬਖਸ਼ਿਸ਼ ਆ ਜਿਹੜੇ ਲੋਕ ਮੇਰਾ ਫਾਈਨਾਂਸ ਨਹੀਂ ਵੀ ਦੇਖਣਾ ਹੋਵੇ ਤੇ ਮੇਰਾ ਗੂਗਲ ਕਰਕੇ ਜਾ ਕੇ ਦੇਖ ਲਿਓ ਜੀ ਮੇਰੇ ਤੇ ਮੇਰੇ ਮਾਲਕ ਨੇ ਬਹੁਤ ਰਹਿਮਤ ਕੀਤੀ ਆ ਮੇਰੇ ਤੇ ਇੱਡੀ ਰਹਿਮਤ ਕੀਤੀ ਆ ਮੇਰੇ ਛੋਟੇ ਜਾਰ ਦੇ ਜ਼ਿਮੀਂਦਾਰ ਦੀ ਝੋਲੀ ਬਹੁਤ ਖੈਰ ਪਾਈ ਹੈ ਇਸ ਕਰਕੇ ਮੈਂ ਉਸ ਮਾਲਕ ਦਾ ਪਠਾਨਕੋਟ ਸ਼ੁਕਰਾਨਾ ਕਰਦਾ ਧੰਨਵਾਦ ਸਿਰਸਾ ਜੀ ਤੁਸੀਂ ਨਾਲ ਜੁੜੇ ਕਈ ਸਾਰੇ ਸਵਾਲਾਂ ਦੇ ਤੁਸੀਂ ਜਵਾਬ ਦਿੱਤੇ ਸੋ ਸੀਗੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਸਾਰੇ ਇਲਜ਼ਾਮ ਉਹਨਾਂ ਦੇ ਉੱਤੇ ਸੀਗੇ ਉਹਨਾਂ ਦੇ ਉੱਤੇ ਇਹਨਾਂ ਨੇ ਆਪਣੇ ਸਪਸ਼ਟੀਕਰਨ ਦਿੱਤੇ ਦਿੱਲੀ ਦੇ ਵਿੱਚ ਫਰਵਰੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਚੋਣਾਂ ਦੇ ਵਿੱਚ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਿੱਲੀ ਤੋਂ ਮਨਜਿੰਦਰ ਸਿੰਘ ਸਿਰਸਾ ਮੈਦਾਨ ਦੇ ਵਿੱਚ ਹੋਣਗੇ ਦਿੱਲੀ ਦੀ ਸੰਗਤ ਤੈਅ ਕਰੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਚੁਣ ਕੇ ਸਾਹਮਣੇ ਆਉਂਦਾ 46 ਸੀਟਾਂ ਦੇ ਉੱਤੇ ਚੋਣ ਹੁੰਦੀਆਂ ਹਨ ਉਹਨਾਂ ਚੋਣਾਂ ਦੇ ਉੱਤੇ ਇਸ ਰੀਪ੍ਰਜੈਂਟੇਟਿਵ ਨੂੰ ਚੁਣਿਆ ਜਾਂਦਾ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜ਼ੀਡੈਂਟ ਬਣਦਾ ਅੱਜ ਦੇ ਮੁੱਦੇ ਦੇ ਵਿੱਚ ਜਿਨ੍ਹਾਂ ਦੀ ਮੈਂ ਕਾਲਸ ਨਹੀਂ ਚੁੱਕਿਆ ਉਹਨਾਂ ਤੋਂ ਮੈਂ ਮਾਫੀ ਚਾਹਾਂਗਾ ਪਰ ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਸੁਨੇਹੇ ਭੇਜ ਸਕਦੇ ਹੋ info@justbroadcasting.com harkirat@justbroadcasting.com ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਦਵੋ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ